सत श्रीकाल दोस्तों, मैं गुरप्रीत सिंह बल निरपक्ष पोस्ट चैनल देख रहे सारे दर्शकों का स्वागत करता। उम्मीद करते तुम ठीक ठाक होंगे। हाल ही के जो मुद्दे चल रहे हैं वो तो चलो चल ही रहे हैं, पर उस तो अलावा जो एक बहुत व्डा मुद्दा सामने आया सी कि किसी बजट मेन जो सारे की निगाह सी कि बजट कदों पेश होना, बजट कदों पेश होना है। हुण आखिरी जी तरीक जी पक्की तरीक जी है रखी गई है 5 मार्च की, जितों जदों सैशन दे विच हुण बजट पेश किया जाऊगा, जिस दियां मैनूं लगदा सारे पंजाब दी निगाह हुण बजट ते है वी बजट दे विच ऐसा की होगा, ऐसी की पटारी खोली जाऊगी कि किहदे हक दे विच होगा, किस दे विरोध दे विच होगा। ये सारी गलबात अज्ज आपां इस शो दे विच करांगे। मेरे नाल मेरे साथी होणगे नीरज, ते साडे नाल फोन कॉल ते जुड़े होए ने डॉक्टर प्यारे लाल गर्ग जी, जो कि इस सारी चीज़ां आपां उहनां नाल डिस्कस करांगे वी किवें किवें की चीज़ हो सकदी है, की कुछ हो सकदा, ते होर वी काफ़ी सवाल ने जिहड़े आपां उहनां नाल गलबात करांगे। सब तों पहलां सर बहुत बहुत स्वागत है तुहाडा। शुक्रिया जी, बहुत बहुत। सर सब तो पहला सवाल मेरा यही होगा डॉक्टर साहब कि हुण 5 मार्च की जिहड़ी तरीक पक्की कीती है इन्होंने कि 5 मार्च नूं जिहड़ा आ बजट पेश कीता जाणा है, ते उस दे विच की लग रहा भी कि बजट दे विच ऐसा की पटारी खुलूगी भी किसे दे हक, किसानां दे हक दे विच कुछ आऊगा या किहदे हक दे विच आऊगा, कुछ ऐसा है कुछ लग रहा दिशा निर्देश? ਦੇਖੋ ਗੱਲ ਇਹ ਹੈ ਵੀ ਜਿਹੜਾ ਇਹ ਆਪਾਂ ਨੂੰ ਪਤਾ ਹੀ ਵੀ ਆਖਰੀ ਬਜਟ ਇਹਨਾਂ ਦਾ ਮਹੀਨੇ 10 ਰਹਿ ਗਏ, ਚੋਣਾਂ ਐਲਾਨ ਹੋ ਜਾਣੀਆਂ ਫਿਰ ਤਾਂ ਜੀ। ਤੇ ਉਹਦੇ ਵਿੱਚ ਇਹਨਾਂ ਨੇ ਪਿਛਲੇ 4 ਸਾਲ 'ਚ ਕੋਈ ਬਹੁਤਾ ਕੁਛ ਕਰਿਆ ਨਹੀਂ, ਜੀ ਇੱਕ ਗੱਲ ਦੇ ਸਿਵਾਏ ਕਿ ਇਹਨਾਂ ਨੇ ਪਹਿਲੀ ਵਾਰੀ ਫਿਰਤ ਪਾਈ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਨ ਦੀ, ਚਾਹੇ ਉਹ ਪੂਰਾ ਨਹੀਂ ਕਰਿਆ, ਪੂਰਾ ਵੀ ਨਹੀਂ ਕਰਿਆ, ਕੁਛ ਤਾਂ ਕਰਿਆ। ਤੇ ਉਹਦੇ ਵਿੱਚ ਕਿ ਇੱਕ ਦੂਜੀ ਗੱਲ ਪੌਦੇ 'ਚ ਫਿਰਤ ਪਾਈ ਹੈ, ਹਾਂ ਪੱਕੀ, ਕਿ ਉਹਦੇ 'ਚ ਇਹ ਨਹੀਂ ਆ ਵੀ ਧੰਨਾ ਸੇਠ ਦਾ ਮਾਫ਼ ਕਰਨਾ, ਉਹਦੇ 'ਚ ਜਿਹੜਾ ਘੱਟ ਜ਼ਮੀਨ ਵਾਲਾ ਹੈ, ਬੇਜ਼ਮੀਨ ਹੈ, ਉਹਦਾ ਕਰਜ਼ਾ ਮਾਫ਼ ਕਰਨਾ, ਇਹ ਤਾਂ ਇੱਕ ਹਾਂ ਪੱਖੀ ਦਾ ਰੁਝਾਨ ਸੀ। ਉਸ ਤੋਂ ਬਾਕੀ ਇਹਨਾਂ ਨੇ, ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਗੱਲ ਬਜਟ ਦੇ ਵਿੱਚ, ਪਿਛਲੀਆਂ 4 ਬਜਟ ਆਏ ਇਹਨਾਂ ਦੇ, ਉਹਨਾਂ ਕੋਈ ਉਹੀ ਜਿਹੀ ਕਰੀ ਹੋਵੇ ਜਿਹੜੀ ਇਹਨਾਂ ਦਾ ਆਪਦਾ ਜਿਹੜਾ ਸੀ ਮੈਨੀਫੈਸਟੋ ਚੋਣ ਮਨੋਰਥ ਪੱਤਰ ਉਹ ਕਹਿੰਦਾ ਸੀ। ਹੁਣ ਇਸ ਵਾਰੀ ਕਿਉਂਕਿ ਆਖਰੀ ਬਜਟ ਹੈ, ਵੋਟਾਂ ਲੈਣ ਦੀ ਇਹਨਾਂ ਦੀ ਇੱਛਾ ਹੈ, ਇਹ ਜਿਹੜੀ ਮਿਊਨਸਪਲ ਕਮੇਟੀਆਂ ਚ ਕਾਰਪੋਰੇਸ਼ਨਾਂ ਚ ਜਿੱਤੇ ਵੀ ਨੇ, ਚੰਗੀ ਥੰਪਿੰਗ ਮੈਜੋਰਟੀ ਨਾਲ ਜਿੱਤੇ ਨੇ, ਉਹਦੇ ਵਿੱਚ ਜੇ ਕੋਈ ਕਹੇ ਵੀ ਇਹਨਾਂ ਦੀ ਕਾਰਗੁਜ਼ਾਰੀ ਕਰਕੇ ਜਿੱਤੇ ਨੇ, ਉਹ ਮੈਨੂੰ ਸ਼ੱਕ ਹੈ, ਮੈਂ ਸਹਿਮਤ ਨਹੀਂ ਹਾਂ। ਉਹ ਜਿੱਤੇ ਇਸ ਕਰਕੇ ਨੇ ਵੀ ਕਿਸਾਨ ਅੰਦੋਲਨ ਇੰਨਾ ਪੱਕ ਗਿਆ, ਬਾਕੀ ਪਾਰਟੀਆਂ ਦੇ ਖਿਲਾਫ਼ ਬਹੁਤ ਵੱਡੇ ਮੁੱਦੇ ਬਣ ਗਏ, ਤੇ ਲੋਕਾਂ ਨੇ ਆਕਰੋਸ਼ 'ਚ ਵੋਟ ਪਾਈ ਹੈ, ਰੋਹ 'ਚ ਵੋਟ ਪਾਈ ਹੈ ਉਹਨਾਂ ਦੇ ਖਿਲਾਫ਼, ਨਾ ਕਿ ਇਹਨਾਂ ਦੇ ਹੱਕ 'ਚ। ਉਹਦੇ ਵਿੱਚ ਕੁਛ ਨਾ ਕੁਛ ਇਹ ਜ਼ਰੂਰ ਦੇਣਗੇ, ਜੇ ਪਿਛਲੇ ਸਾਲ 2000 ਕਿਸਾਨਾਂ ਵਾਸਤੇ ਤੇ 500 ਕਰੋੜ ਮਜ਼ਦੂਰ ਖੇਤ ਮਜ਼ਦੂਰਾਂ ਵਾਸਤੇ ਰੱਖਿਆ ਸੀ, ਸ਼ਾਇਦ ਐਤਕੀ ਵਾਧਾ ਰੱਖਣਗੇ ਜੀ। ਤੇ ਦੂਜਾ ਇਹਦੇ ਵਿੱਚ ਪਿਛਲੇ ਵਾਰੀ ਨਹੀਂ ਕਰ ਪਾਏ, ਪਰ ਮੈਨੂੰ ਲੱਗਦਾ ਨਹੀਂ ਕਰਨਗੇ, ਉਂਝ ਇਹਨਾਂ ਨੂੰ ਕਰ ਲੈਣਾ ਚਾਹੀਦਾ ਹੈ। ਜਿਹੜਾ ਹੈ ਕਿ ਮਨਰੇਗਾ ਦੀ ਜਿਹੜੀ ਹੈ ਉਹਦੇ ਕਾਰਡ ਬਣਾਉਣ ਦਾ, ਕੋਈ 28 ਲੱਖ ਬੰਦਿਆਂ ਦਾ ਕਾਰਡ ਬਣ ਸਕਦਾ ਹੈ, ਦਲਿਤਾਂ ਨੂੰ 37% ਪਾਪੂਲੇਸ਼ਨ ਦਲਿਤਾਂ ਦੀ ਹੈ ਪੰਜਾਬ 'ਚ, ਉਹਨਾਂ ਨੂੰ ਮਨਰੇਗਾ ਤੋਂ ਜ਼ਿਆਦਾ ਫਾਇਦਾ ਹੋਣਾ ਜੀ, 100 ਦਿਨ ਦੀ ਦਿਹਾੜੀ ਵੀ ਚਾਹੇ ਮਿਲੇ, ਕੇਂਦਰ ਤੋਂ ਪੈਸਾ ਆਉਣਾ, ਉਹਦੇ ਨਾਲ ਇਹਨਾਂ ਦਾ ਖਜ਼ਾਨਾ ਵੀ ਭਰ ਸਕਦਾ। ਪਰ ਮੈਨੂੰ ਇਹ ਲੱਗਦਾ ਨੀ ਵੀ ਇੰਨੇ ਸਿਆਣੇ ਹੈਗੇ ਨੇ ਜਿਹੜੇ ਇਸ ਪਾਸੇ ਨੂੰ ਏਦਾਂ ਸੋਚ ਜਾਣ, 28 ਲੱਖ ਕਾਰਡ ਬਣ ਕੇ 24,000 ਰੁਪਇਆ ਹਰੇਕ ਬੰਦੇ ਦੇ ਖਾਤੇ ਆਊਗਾ, ਜੇ 100 ਦਿਨ ਦਾ ਰੁਜ਼ਗਾਰ ਦੇਣਗੇ, ਉਹਦੇ ਨਾਲ 16,000 ਰੁਪਇਆ ਮਟੀਰੀਅਲ ਕੋਸਟ ਆਏਗੀ, ਉਹ ਮਟੀਰੀਅਲ ਕੋਸਟ ਜਿਹੜੀ ਆਏਗੀ ਹੋਰ ਐਡੀਸ਼ਨਲ, ਉਹਦੇ ਵਿੱਚ GST ਵੀ ਤਾਂ ਇਹਨਾਂ ਨੂੰ ਆਉਣਾ ਹੀ ਹੈ ਨਾ, ਸਮਾਨ ਵਿਕੇਗਾ ਤਾਂ ਇੰਡਸਟਰੀ ਵੀ ਡਿਵੈਲਪ ਹੋਏਗੀ, ਕਿਉਂਕਿ ਸਮਾਨ ਵਿਕਣ ਨਾਲ ਹੀ ਦੁਕਾਨਾਂ ਚੱਲਣਗੀਆਂ, ਵਪਾਰ ਚੱਲੇਗਾ, ਸੋ ਉਹਦੇ ਨਾਲ ਕਾਫ਼ੀ ਆਮਦਨ ਹੋ ਸਕਦੀ ਹੈ, ਰੁਜ਼ਗਾਰ ਪੈਦਾ ਹੋ ਸਕਦੇ ਨੇ ਉਹਦੇ ਨਾਲ ਬਹੁਤ ਜ਼ਿਆਦਾ, ਇਕੱਲੇ ਉਹੀ ਨਹੀਂ, ਇੱਦਾਂ ਹੀ ਉਹਦੇ ਵਿੱਚ ਪੇੜ ਲਗਾ ਕੇ ਇਹ ਲੋਕਾਂ ਦੀ ਆਮਦਨ ਵਧਾ ਸਕਦੇ ਨੇ ਪਿੰਡਾਂ ਦੇ ਵਿੱਚ, ਸਾਂਝੀਆਂ ਜਗ੍ਹਾ 'ਤੇ, ਉਹਦੇ ਰਾਹੀਂ ਵੀ ਮਨਰੇਗਾ ਦੇ ਕਾਫ਼ੀ ਦਿਹਾੜੀਆਂ ਬਣ ਸਕਦੀਆਂ ਨੇ, ਅਤੇ ਪੇੜ ਲਗਾ ਕੇ ਲੋਕਾਂ ਨੂੰ ਫਲ ਫਰੂਟ ਉਹਦੀ ਸਿਹਤ ਵੀ ਚੰਗੀ ਹੋ ਸਕਦੀ ਹੈ, ਸਸਤਾ ਮਿਲ ਸਕਦਾ ਹੈ, ਭੋਜਨ ਸਮੱਸਿਆ ਵੀ ਹੱਲ ਹੋ ਸਕਦੀ ਹੈ। ਉਹਦੇ ਚ ਵੀ ਮੈਨੂੰ ਨੀ ਲੱਗਦਾ, ਪਰ ਇੱਕ ਗੱਲ ਹੋਰ ਕਰਨਗੇ ਜੋ ਮੈਨੂੰ ਲੱਗਦਾ ਹੈ, ਉਹ ਇਹ ਹੈ ਕਿ ਜਿਹੜਾ ਕਿਸਾਨ ਦੀ ਫਸਲ ਵਿਕਣੀ ਹੈ ਉਹਦੇ ਉੱਤੇ ਕੁਛ ਸ਼ਾਇਦ ਬੋਨਸ ਦਾ ਪ੍ਰਬੰਧ ਕਰਨਗੇ, ਕਿਉਂਕਿ ਉਹਦੇ ਚ ਉਨੀ ਪੂਰਾ ਪੈਸਾ ਮਿਲਦਾ ਨੀ, ਜਿਹੜੀ ਉਹਦੇ ਉੱਤੇ MSP ਦੇ ਉੱਤੇ ਵੇਚ ਕੇ ਵੀ ਉਹਨੂੰ ਕਾਫ਼ੀ ਔਖਾ ਹੋਣਾ ਪੈਂਦਾ, ਕੁਛ ਨਾ ਕੁਛ ਦੇਣਗੇ। ਇੱਕ ਹੋਰ ਕਰਨਗੇ, ਮੈਨੂੰ ਲੱਗਦਾ ਵੀ ਪਰਾਲੀ ਸਾੜਨ ਵਾਸਤੇ ਕੋਈ ਰਾਹਤ ਦੇਣਗੇ, ਸਾਨੂੰ ਤਾਂ ਹੱਟਣਾ ਨੀ ਕਿਸਾਨਾਂ ਨੇ, ਰਾਹਤ ਦਿੱਤੇ ਬਿਨਾਂ ਹੱਲ ਕੋਈ ਨਹੀਂ ਹੈ, ਸੋ ਉਹਦੇ 'ਚ ਦੇਣਗੇ। ਤੇ ਮੈਨੂੰ ਲੱਗਦਾ ਹੈ ਵੀ ਖੇਤ ਮਜ਼ਦੂਰਾਂ ਵਾਸਤੇ ਵੀ ਇਹ ਕੁਛ ਕਰਨਗੇ, ਉਹ ਉਹਦੇ ਵਿੱਚ ਕੋਸ਼ਿਸ਼ ਇਹਨਾਂ ਦੀ ਇਹ ਹੋਏਗੀ ਕਿ ਵੀ ਜਿਹੜੀ ਉਹਨਾਂ ਨੂੰ
ਜਿਹੜਾ ਹੈਗਾ ਘਰ ਬਣਾਉਣ ਦੀ ਗੱਲ ਹੈ, ਭਾਵੇਂ ਉਹ ਕੇਂਦਰ ਤੋਂ ਪੈਸਾ ਆਉਂਦਾ ਕਾਫੀ, ਕੁਛ ਇਹ ਜੋੜ ਕੇ ਦੋ ਗੱਲਾਂ ਕਰਨਗੇ, ਇੱਕ ਤਾਂ ਖੇਤ ਮਜ਼ਦੂਰਾਂ ਨੂੰ ਰਾਹਤ ਦੇਣੀ ਘਰ ਬਣਾਉਣ ਦੀ, ਜੇ ਰਾਹਤ ਦੇਣੀ ਵੀ ਜਿਹੜਾ ਸਕਾਲਰਸ਼ਿਪ ਹੈ, ਹਾਲਾਂਕਿ ਉਹਦੇ ਤੇ ਬੰਦ ਕਰਤਾ ਪੋਰਟਲ ਇਹਨਾਂ ਨੇ ਹੁਣੀ, ਪਰ ਬਜਟ 'ਚ ਜਿਹੜਾ ਸ਼ੈਡਿਊਲਡ ਕਾਸਟ ਬੱਚਿਆਂ ਦਾ ਸਕਾਲਰਸ਼ਿਪ ਹੈ, ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ, ਉਹਦੇ ਵਿੱਚ ਮੈਨੂੰ ਲੱਗਦਾ ਹੈ ਵੀ ਕੁਛ ਨਾ ਕੁਛ ਸੁਧਾਰ ਕਰਨਗੇ, ਕਿਉਂਕਿ ਉਹਦੇ 'ਤੇ ਇਹਨਾਂ ਦੀ ਬੜੀ ਬੇਇੱਜ਼ਤੀ ਹੋਈ ਹੋਈ ਹੈ, ਹਾਲਾਂਕਿ ਇਹਨਾਂ ਦਾ ਓਡਾ ਵੱਡਾ ਕਸੂਰ ਨਹੀਂ ਸੀ, ਪਰ ਜਿੱਦਾਂ ਅਪੋਜੀਸ਼ਨ ਪ੍ਰੋਜੈਕਟ ਕਰ ਗਈ ਤੇ ਇਹ ਆਪਦੇ ਆਪ ਨੂੰ ਡਿਫੈਂਡ ਨਹੀਂ ਕਰ ਸਕੇ, ਤੇ ਜਿੱਦਾਂ ਇਹਨਾਂ ਦੀ ਅਫਸਰਸ਼ਾਹੀ ਵੀ ਵਿੱਚ ਲੜ ਗਈ, ਉਹਦੇ ਨਾਲ ਉਹ ਬੇਇੱਜ਼ਤੀ ਜ਼ਿਆਦਾ ਹੋਈ ਹੈ, ਤੇ ਬੱਚਿਆਂ ਨੂੰ ਤਾਂ ਉਹ ਨਾ ਅਪੋਜੀਸ਼ਨ ਨੇ ਕੋਈ ਬੈਨੀਫਿਟ ਦਵਾਇਆ ਨਾ ਇਹਨਾਂ ਨੇ ਦਵਾਇਆ, ਉਹ ਤਾਂ ਇੰਸਟੀਟਿਊਸ਼ਨਾਂ ਨੂੰ ਪੈਸਾ ਮਿਲਿਆ ਜਿਹੜਾ ਮਿਲਦਾ ਗਿਆ, ਤੋ ਇੰਸਟੀਟਿਊਸ਼ਨਾਂ ਖੁੱਲੀਆਂ ਇਸ ਵਾਸਤੇ ਸੀਗੀਆਂ ਵੀ ਸਾਨੂੰ ਪੈਸਾ ਮਿਲਦਾ ਰਹੇ, ਇਸ ਪਾਸੋਂ ਸਿੱਧਾ ਪੈਸਾ ਆਊਗਾ, ਸੋ ਠੀਕ ਹੈ। ਇੱਕ ਇਹ ਜਿਹੜੇ MSME ਦੇ ਅੰਡਰ ਕੁਝ ਪੈਸਾ ਰੱਖਣਗੇ, ਤਾਂ ਕਿ ਛੋਟੇ ਜਿਹੜੇ ਵਪਾਰੀ ਨੇ, ਜਿਹੜੇ ਛੋਟੇ ਇੰਡਸਟਰੀਅਲਿਸਟ ਨੇ, ਛੋਟੇ ਉਦਮੀ ਨੇ, ਉਹਨਾਂ ਨੂੰ ਕੋਈ ਬੈਨੀਫਿਟ ਹੋ ਜਾਏ, ਉਹਦੇ 'ਚ ਮੈਨੂੰ ਲੱਗਦਾ ਕਿ ਅੱਜ ਕੇ ਪੈਸਾ ਰੱਖਣਗੇ ਇਹ MSME ਦੇ ਅੰਡਰ। ਇਹਨਾਂ ਨੇ ਲੈਂਡ ਪੂਲਿੰਗ ਸਿਸਟਮ ਹੋਰ ਦੀ ਗੱਲ ਕਰੀ ਸੀ ਪਿਛਲੀ ਵਾਰੀ, ਉਹਨਾਂ ਨੂੰ ਸ਼ਹਿਰੀ ਜਿਹੜਾ ਹੈਗਾ ਤੇ ਬਾਕੀ ਵਿਕਾਸ ਦੇ ਵਾਸਤੇ ਉਹਦੇ 'ਚ ਵੀ ਕੁਛ ਨਾ ਕੁਛ ਪੈਸਾ ਜ਼ਰੂਰ ਰੱਖਣਗੇ। ਇੱਕ ਜਿਹੜੀ ਮੈਨੂੰ ਹੋਰ ਲੱਗਦੀ ਹੈ ਗੱਲ, ਉਹ ਇਹ ਹੈ ਵੀ ਇਹ ਜਿਹੜੇ ਹਸਪਤਾਲ ਤੇ ਸਕੂਲ ਨੇ, ਸਿੱਖਿਆ ਤੇ ਸਿਹਤ, ਇਹਦੇ ਵਿੱਚ ਪੈਸਾ, ਇਹ ਖਾਸ ਕਰਕੇ ਸਿੱਖਿਆ ਦੇ ਵਿੱਚ ਸਕੂਲ ਜਿਹੜੇ ਬਿਲਕੁਲ ਹੀ ਜਰਜਰੇ ਹੋਏ ਪਏ ਨੇ, ਉਹਨਾਂ ਦੀ ਰਿਪੇਅਰ ਵਾਸਤੇ ਕੁਛ ਕੈਪੀਟਲ ਐਕਸਪੈਂਡੀਚਰ ਦੇ ਅੰਡਰ ਪੈਸਾ ਰੱਖਣਗੇ, ਤੇ ਜਿਹਨੂੰ ਅਸੀਂ ਕਹਿੰਦੇ ਹਾਂ ਪੂੰਜੀ ਨਿਵੇਸ਼, ਜੀ ਤਾਂ ਕਿ ਉਹਨਾਂ ਦੀਆਂ ਛੱਤਾਂ, ਕਿਤੇ ਕਮਰੇ, ਕਿਤੇ ਪਾਣੀ ਦਾ ਪ੍ਰਬੰਧ ਜੋ ਵੀ ਕਰਨਾ, ਕਿਤੇ ਚਾਰ ਦੀਵਾਰੀ ਹੈ, ਕਿਤੇ ਬਾਥਰੂਮ ਬਣਾਉਣੇ ਨੇ, ਉਹਦੇ ਵਾਸਤੇ ਪੈਸਾ ਇਹ ਰੱਖਣਗੇ, ਕਿਉਂਕਿ ਕਾਫੀ ਇਹਨਾਂ ਦੀ ਬੇਇੱਜ਼ਤੀ ਹੋਈ ਹੋਈ ਆ ਸਰਕਾਰੀ ਸਕੂਲਾਂ ਬਾਰੇ। ਤੇ ਹਸਪਤਾਲਾਂ ਵਾਸਤੇ ਪੈਸਾ ਇਸ ਵਾਸਤੇ ਰੱਖਣਗੇ ਕਿਉਂਕਿ ਇਹਨਾਂ ਦੀ ਹੈਲਥ ਸਿਸਟਮ ਕਾਰਪੋਰੇਸ਼ਨ ਬਣਾਉਣ ਦੀ ਲੋੜ ਤਾਂ ਹੈ ਨਹੀਂ, ਜੀ ਇਹਨਾਂ ਨੇ ਪਹਿਲੇ ਹੀ ਚਿੱਟੇ ਹੱਥੀ ਬੰਨ ਰੱਖੇ ਨੇ, ਤੇ ਉਹਦੇ ਉੱਤੇ ਮੈਨੂੰ ਲੱਗਦਾ ਨਹੀਂ ਵੀ ਜਿਹੜਾ ਇਹ ਪੈਸਾ ਰੱਖਣਗੇ ਉਹ ਲੋਕਾਂ ਦੇ ਫਾਇਦੇ ਵਾਸਤੇ ਹੋਏਗਾ, ਉਹ ਤਾਂ ਸਿਸਟਮ ਕਾਰਪੋਰੇਸ਼ਨ ਨੇ ਆਪਦਾ ਇੰਜੀਨੀਅਰਿੰਗ ਖੜਾ ਕਰਿਆ ਹੋਇਆ, ਆਪਾਂ ਪਤਾ ਹੀ ਹੈ ਵੀ ਇੰਜੀਨੀਅਰਿੰਗ ਵਿੰਗ ਕਾਹਦੇ ਵਾਸਤੇ ਹੁੰਦੇ ਨੇ, ਤਾਂ ਕੀ ਕਰਦੇ ਨੇ, ਤੇ ਉਹ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਇਹ ਨਸ਼ਾ ਛਡਾਊ ਕੇਂਦਰ ਬਣਾ ਕੇ ਐਡੇ ਐਡੇ 50-50 ਬੈੱਡ ਦੇ ਰੀਹੈਬਿਲੀਟੇਸ਼ਨ ਕੇਂਦਰ ਬਣਾਏ ਹੋਏ ਨੇ ਤਿੰਨ, ਉਹ ਵਿਹਲੇ ਪੈ ਰਹਿੰਦੇ ਨੇ, ਉਹ ਉਹਨਾਂ ਖਰਚਾ ਨਹੀਂ, ਕਿਉਂਕਿ ਬਿਲਡਿੰਗਾਂ ਬਣਾ ਚੁੱਕਾ, ਜੀ ਇੱਦਾਂ ਹੀ ਇਹਨਾਂ ਨੇ 100-100 ਬੈੱਡ ਦੇ ਹਸਪਤਾਲ ਬਣਾਏ ਨੇ, 5 ਮੈਟਰਨਿਟੀ ਵਾਲੇ ਉਹਨਾਂ ਦੀਆਂ ਬਿਲਡਿੰਗਾਂ ਹੀ ਬਣਾਈਆਂ, ਇੱਦਾਂ ਹੀ ਇਹਨਾਂ ਨੇ ਜਿਹੜੇ ਨਸ਼ਾ ਛਡਾਊ 5-6 5 ਵੱਡੇ ਕੇਂਦਰ ਬਣਾਏ ਨੇ, ਇੱਕ ਪਟਿਆਲਾ ਚਾਹੇ, ਇੱਕ ਬਠਿੰਡੇ ਚਾਹੇ, ਇੱਕ ਜਲੰਧਰ ਚਾਹੇ, ਇੱਕ ਫਰੀਦਕੋਟ ਚਾਹੇ, ਇੱਕ ਅੰਮ੍ਰਿਤਸਰ ਚਾਹੇ, ਉੱਥੇ ਵੀ ਕੋਈ ਆਏ ਨਹੀਂ ਆ ਵੀ ਕੋਈ ਨਸ਼ਾ ਛਡਾਊ ਦਾ ਇੰਨਾ ਵਧੀਆ ਕੰਮ ਹੋ ਰਿਹਾ। ਸੋ ਮੈਨੂੰ ਐਂ ਲੱਗਦਾ ਵੀ ਉਹ ਜਿਹੜਾ ਸਿਹਤ 'ਚ ਜਿਹੜੀਆਂ ਬਿਲਡਿੰਗਾਂ ਬਣਦੀਆਂ ਉਹ ਸਿਰਫ ਪੈਸੇ ਵਾਸਤੇ ਬਣ ਗਿਆ, ਜਾਂ ਇਸ ਆਪਾਂ ਇਹ ਵੀ ਕਹਿ ਸਕਦੇ ਡਾਕਟਰ ਸਾਹਿਬ ਕਿ ਉਹ ਇਸ ਕਰਕੇ ਬਣਾ ਰਹੇ ਨੇ ਕਿ ਦਿਖਾ ਸਕੇ ਵੀ ਅਸੀਂ ਆਹ ਕੁਛ ਕੀਤਾ, ਵੀ ਜਾਂਦੇ ਜਾਂਦੇ ਹੁਣ ਵੋਟਾਂ ਦਾ ਚਲੋ ਕਹਿ ਸਕਦੇ ਹਾਂ ਵੀ ਆਉਣ ਵਾਲੀਆਂ ਨੇ ਆਈਆਂ ਖੜੀਆਂ ਨੇ। ਸਿਹਤ ਵਾਲਾ ਦਿਖਾਉਣ ਦਾ ਇਹਨਾਂ ਨੂੰ ਕੋਈ ਬਹੁਤਾ ਫਾਇਦਾ ਨਹੀਂ, ਉਹ ਪਹਿਲਾਂ ਹੀ ਜਿੰਨਾ ਕੁ ਦੇਖ ਸਰ ਇੱਕ ਸਰ ਇੱਕ ਜੇਕਰ ਗੱਲ ਕੀਤੀ ਜਾਵੇ ਪੈਟਰੋਲ ਡੀਜ਼ਲ ਦੇ ਉੱਤੇ ਜੋ ਹੈ ਉਹ ਵੈਟ ਲੱਗੇ ਹੋਏ ਨੇ, ਕੀ ਉਸ ਨੂੰ ਲੈ ਕੇ ਵੀ ਡਿਸੀਜਨ ਲਿੱਤਾ ਜਾ ਸਕਦਾ ਇਸ ਬਜਟ ਦੇ ਵਿੱਚ? ਹਾਲਾਂਕਿ ਜੇਕਰ ਪੰਜਾਬ ਦੇ ਵਿੱਚ ਪੈਟਰੋਲ ਦੀ ਗੱਲ ਕਰ ਲਈਏ ਤਾਂ 25.63% ਇਸ ਦੇ ਉੱਤੇ ਜੋ ਵੈਟ ਹੈ, ਇਸ ਤੋਂ ਇਲਾਵਾ ਡੀਜ਼ਲ ਦੇ ਉੱਤੇ 16.66% ਜੋ ਹੈ ਵੈਟ ਹੈ, ਲਗਾਤਾਰ ਇਹਨਾਂ ਦੀਆਂ ਕੀਮਤਾਂ ਵੱਧ ਰਹੀਆਂ, ਕਿ ਇਸ ਨੂੰ ਲੈ ਕੇ ਵੀ ਕੁਝ ਸੂਬਾ ਸਰਕਾਰ ਵੱਲੋਂ ਰਾਹਤ ਦਿੱਤੀ ਜਾ ਸਕਦੀ ਹੈ ਕੇਂਦਰ ਦੇ ਉੱਤੇ ਦਬਾਅ ਪਾਉਣ ਲਈ? ਇਹ ਕਰੇ ਜਾ ਸਕਦਾ 1% ਘਟਾ ਦੇਣ, ਕਿਉਂਕਿ ਇਹਨਾਂ ਦੇ ਕੋਲ ਸੋਰਸ ਕੋਈ ਨਹੀਂ ਇਨਕਮ ਦਾ, ਇਹਦਾ ਜਿਹੜਾ ਪੈਟਰੋਲ ਡੀਜ਼ਲ ਦਾ ਭਾਅ ਵੱਧ ਰਿਹਾ ਹੈ ਜੀ, ਮੁੱਦਾ ਤਾਂ ਵੱਧ ਰਿਹਾ ਹੈ ਕਿ ਕੇਂਦਰ ਨੇ ਬਹੁਤ ਜ਼ਿਆਦਾ ਵਧਾਤਾ, 9 ਰੁਪਏ ਜੋ ਐਕਸਾਈਜ਼ ਡਿਊਟੀ 33.98 ਰੁਪਏ ਕਰ 32.98 ਰੁਪਏ ਜੀ, 2014 'ਚ 9 ਰੁਪਏ ਸੀਗੀ ਜੀ, 2014 'ਚ 9 ਸੀਗੀ, ਉਹ ਜਦ ਤੁਸੀਂ ਕਹਿ ਲਓ ਵੀ ਤਕਰੀਬਨ 4 ਗੁਣਾ ਹੋਣ ਵਾਲੀ ਗੱਲ, ਤੇ ਇਹਨਾਂ ਨੇ ਤਾਂ ਵੈਟ ਜਿਹੜਾ ਸੀ ਇਹ ਇੰਨਾ ਜ਼ਿਆਦਾ ਨਹੀਂ ਸਟੇਟਾਂ ਨੇ ਵਧਾਇਆ, ਪੰਜਾਬ ਨੇ ਉਹਨਾਂ ਵਧਾਇਆ ਨਹੀਂ, ਤੁਸੀਂ 1% ਵੱਧ ਰਾਹਤ ਦੇ ਨਹੀਂ ਸਕਣਗੇ ਕਿਉਂਕਿ ਬਿਲਕੁਲ ਹੀ ਆਮਦਨ ਨਹੀਂ ਹੋਰ ਪਾਸੇ ਹੋਣੀ, ਇਹ ਨਹੀਂ ਇਹਨਾਂ ਕੋਲ ਸੋਰਸ ਸਟੇਟ ਵਾਸਤੇ, ਪਰ ਉਹਦੇ 'ਚ ਇਹ ਦਿਖਾਵੇ ਵਾਸਤੇ ਤੁਹਾਡੀ ਗੱਲ ਠੀਕ ਹੈ ਵੀ 1% ਘਟਾ ਕੇ ਵੀ ਤਾਂ ਕਹਿ ਦੇਣਗੇ ਨਾ ਵੀ ਅਸੀਂ ਆਹ ਘਟਾ ਤਾ ਜੀ ਬਿਲਕੁਲ, ਤੇ ਉਹਦੇ 'ਚ ਰਾਹਤ ਦੇਣਗੇ, ਪਰ ਮੈਨੂੰ ਇੱਕ ਗੱਲ ਹੋਰ ਜਿਹੜੀ ਲੱਗਦੀ ਆ ਨਾ ਜਿਹੜੀ ਇਹਨਾਂ ਨੂੰ ਕਰ ਨਹੀਂ ਰਹੇ ਜੀ, ਸਜੈਸ਼ਨ ਵੀ ਮੰਨਿਆ ਜਾਵੇ, ਇੱਕ ਬਜਟ ਦਾ ਇਹ ਵੀ ਕੰਮ ਹੁੰਦਾ ਵੀ ਜਿਹੜੇ ਸਾਡੇ ਫਾਲਤੂ ਖਰਚੇ ਹੋ ਰਹੇ ਨੇ ਉਹਨਾਂ ਨੂੰ ਬਚਾਇਆ ਜਾਵੇ, ਹੁਣ ਪੰਜਾਬੀ ਯੂਨੀਵਰਸਿਟੀ ਦਾ ਇੰਨਾ ਰੌਲਾ ਪੈ ਰਿਹਾ ਹੈ ਜੀ ਬਿਲਕੁਲ, ਉਹਦੇ ਵਿੱਚ ਜਿਹੜਾ ਬਜਟ ਆਉਂਦਾ ਤਾਂ ਕਿੰਨੇ ਇੰਪਲਾਈ ਇਹੋ ਜਿਹੇ ਲੱਗੇ ਨੇ ਜਿਹਨਾਂ ਨੂੰ ਪੈਨਸ਼ਨ ਵੀ ਮਿਲੀ ਜਾ ਰਹੀ ਹੈ ਤੇ ਨਾਲ ਤਨਖਾਹ ਵੀ ਮਿਲੀ ਜਾ ਰਹੀ ਹੈ, ਕਾਨੂੰਨ ਦੇ ਮੁਤਾਬਕ ਉਹ ਇੱਕੋ ਚੀਜ਼ ਮਿਲ ਸਕਦੀ ਹੈ, ਜੇ ਤਨਖਾਹ ਮਿਲਣੀ ਹੈ ਤਾਂ ਪੈਨਸ਼ਨ ਕੱਟ ਕੇ ਮਿਲੇਗੀ ਫਿਰ ਜੀ, ਤੇ ਉਹ ਇਹ ਦੇਈ ਜਾ ਰਹੇ ਨੇ, ਉਹਨੂੰ ਉਸ ਪਾਸੇ ਧਿਆਨ ਨਹੀਂ, ਇੰਨੇ ਮੈਡੀਕਲ ਕਾਲਜਾਂ ਦੇ ਵਿੱਚ ਨੋਟੀਫਿਕੇਸ਼ਨ ਹੋਈ ਹੋਈ ਹੈ ਵੀ ਕੱਲੀ ਤਨਖਾਹ ਦੇਣੀ ਹੈ, ਫਿਰ ਵੀ ਤਨਖਾਹ ਦੇ ਨਾਲ ਪੈਨਸ਼ਨ ਦੇਈ ਜਾਂਦੇ ਨੇ ਤੇ ਫਾਲਤੂ ਪੋਸਟਾਂ ਲਾਈ ਰੱਖਦੇ ਨੇ, ਜਿਹਦੀ ਲੋੜ ਨਹੀਂ ਨਾ, ਇੱਥੇ ਤੱਕ ਵੀ ਇਹਨਾਂ ਨੇ ਕਰਿਆ
ਲਿਖਿਆ ਹੋਇਆ ਹੈ ਵੀ ਜਿਹੜਾ ਬੰਦਾ ਪ੍ਰੋਫੈਸਰ ਰਿਹਾ ਹੈ ਐਟ ਉਹਨੂੰ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਤੇ ਵੀ ਲਾਤਾ ਤਨਖਾਹ ਉਹਨੂੰ ਕਿਉਂਕਿ ਪ੍ਰੋਫੈਸਰ ਵਾਲੀ ਮਿਲੀ ਜਾਣੀ ਹੈ ਇਹ ਨਵੀਂ ਜੱਗੋ ਥੇਰਵੀ ਹੈ ਜਿਹੜੀ ਇਹ ਬਿਲਕੁਲ ਨਹੀਂ ਇੱਥੇ ਨਜ਼ਰ ਮਾਰਨਗੇ ਕਿਉਂਕਿ ਇਹਨਾਂ ਨੇ ਕਦੇ ਸੋਚਿਆ ਹੀ ਨਹੀਂ ਵੀ ਅਸੀਂ ਜਿਹੜੇ ਸਾਡੇ ਫਾਲਤੂ ਖਰਚੇ ਹੋ ਰਹੇ ਨੇ ਉਹ ਕਿਵੇਂ ਕਟਾਣੇ ਉਹ ਫਾਲਤੂ ਖਰਚੇ ਕਿਉਂਕਿ ਆਪ ਉਹ ਕਹਿੰਦੇ ਨੇ ਵੀ ਇਹਨਾਂ ਨੂੰ ਜਿਹੜੇ ਆਪ ਇੰਨਾ ਲੈਂਦੇ ਨੇ ਉਹਦੇ ਵਿੱਚੋਂ ਇਹ ਹੋ ਸਕਦਾ ਹੈ ਕਿ ਇੱਕ ਗੱਲ ਹੋਰ ਕਰਨ ਵੀ ਆਪਦੀਆਂ ਪੈਨਸ਼ਨਾਂ ਪੁਨਸ਼ਨਾਂ ਤੇ ਕੋਈ ਮਾੜਾ ਮੋਟਾ ਕੱਟ ਲਾ ਕੇ ਦਿਖਾਉਣ ਵੀ ਅਸੀਂ ਪੋਲੀਟੀਸ਼ਨਾਂ ਤੇ ਵੀ ਲਾ ਲਿਆ ਇਹਦਾ ਇੱਕ ਪੋਸੀਬਿਲਿਟੀ ਹੈਗੀ ਹੈ ਜੀ ਉਹ ਨਾ ਮਾਤਰ ਹੋਏਗਾ ਪਰ ਹੁੰਦਾ ਨਾ ਪੋਲੀਟੀਕਲ ਸਪੋਰਟ ਕਰਨਾ ਜੀ ਉਹਦੀ ਗੱਲ ਕਰਨਗੇ ਤੇ ਹੋਰ ਬਜਟ ਦੇ ਵਿੱਚ ਜੇ ਆਪਾਂ ਦੇਖੀਏ ਰੂਰਲ ਡਿਵੈਲਪਮੈਂਟ ਦੇ ਉੱਤੇ ਜਿੰਨਾ ਮਰਜ਼ੀ ਕਹਿ ਲੈਣ ਇਹਨਾਂ ਦਾ ਤਾਂ ਉਹ ਆਰਡੀਐਫ ਫੰਡ ਵੀ ਨਹੀਂ ਉੱਤੋਂ ਕੇਂਦਰ ਤੋਂ ਨਹੀਂ ਮਿਲ ਰਿਹਾ ਜੀ 2% ਬੰਦ ਕੀਤਾ ਹੋਇਆ ਤੇ ਇਦਾਂ ਹੀ ਇਹਨਾਂ ਦੀਆਂ ਜਿਹੜੀਆਂ ਮੰਡੀਆਂ ਕੇਂਦਰ ਨੇ ਕਹਿੰਦਾ ਸੀ 1000 ਇਲੈਕਟ੍ਰੋਨਿਕ ਮੰਡੀ ਬਣਾਉਣੀ ਆ ਆ ਜਿਹੜਾ ਇਹਨਾਂ ਨੇ ਇਹਨਾਂ ਦੇ ਮੰਡੀਕਰਨ ਸਿਸਟਮ ਜੋ ਇਹਨਾਂ ਨੂੰ ਟੈਕਸ ਆ ਰਿਹਾ ਸੀ ਅਜੇ 1-2 ਸਾਲ ਤਾਂ ਆਊਗਾ ਹੀ ਐਡੀ ਛੇਤੀ ਤਾਂ ਮੰਡੀਆਂ ਬੰਦ ਨਹੀਂ ਹੁੰਦੀਆਂ ਜੇ ਕਾਨੂੰਨ ਲਾਗੂ ਵੀ ਹੋ ਜੇ ਜੀ ਬਿਲਕੁਲ ਸੁਪਰੀਮ ਕੋਰਟ ਨੇ ਸਟੇ ਹੀ ਕਰਤਾ ਉਹਦੇ ਵਿੱਚ ਜਿਹੜਾ ਪੈਸਾ ਆਏਗਾ ਤਕਰੀਬਨ 5000 ਕਰੋੜ ਰੁਪਇਆ ਆਊਗਾ ਇਹਨਾਂ ਨੂੰ ਉਹਦੇ ਨਾਲ ਇਹ ਕੋਸ਼ਿਸ਼ ਕਰਨਗੇ ਵੀ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਹੋਈਆਂ ਵਾਸਤੇ ਪੈਸਾ ਰੱਖਣ ਜਿਹੜੇ ਸਕੂਲਾਂ ਵਾਲਾ ਪੈਸਾ ਮੈਂ ਕਿਹਾ ਉਹ ਵੀ ਉਸੇ ਦੇ ਅੰਡਰ ਰੱਖਣਗੇ ਸ਼ਾਇਦ ਜੀ ਕਿਉਂਕਿ ਰੂਰਲ ਇਨਫਰਾਸਟ੍ਰਕਚਰ ਡਿਵੈਲਪਮੈਂਟ 'ਚ ਕਾਫੀ ਕੁਝ ਆ ਜਾਂਦਾ ਹੈ ਤੇ ਉਹਦੇ ਵਿੱਚ ਇਹ ਕੋਸ਼ਿਸ਼ ਕਰਨਗੇ ਪੈਸਾ ਉਸ ਦਾ ਕਿਉਂਕਿ ਐਚਕੀ ਉਹ ਪੈਸਾ ਨਹੀਂ ਕੱਟਣਾ ਐਚਕੀ ਇਹਨਾਂ ਦਾ ਜਿਹੜਾ ਇੱਕ ਵੱਡੀ ਪ੍ਰੋਬਲਮ ਆਣੀ ਹੈ ਨਾ ਉਹਦੇ 'ਚ ਇਹ ਦੇਖ ਲਿਆ ਵੀ ਕੀ ਕਰਦੇ ਨੇ ਇਹਨਾਂ ਨੂੰ ਜਿਹੜੀ ਵੀਟ ਪ੍ਰੋਕਿਓਰਮੈਂਟ ਆਣੀ ਹੈ ਜੀ ਕਣਕ ਦੀ ਹੁਣ ਆ ਰਹੀ ਹੈ ਵੱਡੀ ਆਪਾਂ ਨੂੰ ਪਤਾ ਹੀ ਹੈ ਜੀ ਉਹਦੇ ਵਿੱਚ ਇਹਨਾਂ ਨੂੰ ਦਿੱਕਤ ਆਏਗੀ ਉਹਦਾ ਕਿਵੇਂ ਇਹ ਬਜਟ 'ਚ ਕਿਵੇਂ ਮੈਨੇਜ ਕਰਦੇ ਨੇ ਕਿ ਜੇ ਸਾਨੂੰ ਕੇਂਦਰ ਨਹੀਂ ਕਰਦਾ ਤਾਂ ਅਸੀਂ ਕੀ ਕਰਾਂਗੇ ਜੀ ਉਹ ਬਜਟ 'ਚ ਕੋਈ ਨਾ ਕੋਈ ਪ੍ਰਪੋਜ਼ਲ ਇਹਨਾਂ ਰੱਖਣੀ ਪਊਗੀ ਖੈਰ ਐਂ ਤਾਂ ਨਹੀਂ ਰੱਖਣਾ ਵੀ ਕੇਂਦਰ ਨਾ ਕਰੇ ਕਿਤੇ ਹੀ ਕਹਿਣਗੇ ਵੀ ਅਸੀਂ ਕੇਂਦਰ ਤੋਂ ਹੀ ਲਵਾਂਗੇ ਪਰ ਉਹ ਬਹਾਨੇ ਨਾਲ ਕਿਸੇ ਨਾ ਕਿਸੇ ਰੂਪ ਨਾਲ ਵੀ ਕਿਸਾਨਾਂ ਦੀ ਮਦਦ ਵਾਸਤੇ ਅਸੀਂ ਇਹਨਾਂ ਨੂੰ ਇੰਪਲੀਮੈਂਟ ਲੈ ਕੇ ਦੇਣੇ ਨੇ ਫਲਾਣਾ ਕਰਨਾ ਫਿਰ ਬਾਅਦ 'ਚ ਉਹਨੂੰ ਡਿਵਰਟ ਕਰ ਲੈਣਗੇ ਉਸ ਤਰੀਕੇ ਨਾਲ ਕੁਛ ਪੈਸਾ ਮੇਰੇ ਹਿਸਾਬ ਨਾਲ ਇਹਨਾਂ ਨੂੰ ਰੱਖਣਾ ਹੀ ਪੈਣਾ ਹੈ ਨਹੀਂ ਇਹ ਕੰਮ ਚੱਲਣਾ ਨਹੀਂ ਪੈਸੇ ਇਹਨਾਂ ਕੋਲ ਹੈ ਨਹੀਂ ਆਪਾਂ ਇਹ ਮੰਨ ਕੇ ਚੱਲੀਏ ਇਹਨਾਂ ਨੇ ਪਿਛਲੇ ਸਾਲ 88,004 ਕਰੋੜ ਜੀ ਰੁਪਏ ਦਾ ਰੈਵਨਿਊ ਦਾ ਟੀਚਾ ਰੱਖਿਆ ਸੀ ਜੀ ਉਹ ਜਦ ਟੀਚਾ ਰੱਖਿਆ ਸੀ ਬਜਟ ਪੇਸ਼ ਹੋਣ ਤੋਂ ਬਾਅਦ 3 ਦਿਨਾਂ ਕਰੋਨਾ ਦੇ ਉਹ ਲੋਕਡਾਊਨ ਲੱਗੀ 23 ਨੂੰ ਤਾਂ ਜੀ ਬਾਕੀਆਂ ਨੇ ਤਾਂ ਲੋਕਡਾਊਨ ਲਾਈ ਸੀ 23 ਮਾਰਚ ਨੂੰ ਇਹਨਾਂ ਨੇ ਤਾਂ ਉਹ ਲਾਤਾ ਆਪਣਾ ਕਰਫਿਊ ਲਾਤਾ ਸੀ ਪਹਿਲਾਂ ਤਾਂ ਸੋ ਉਹਦੇ ਵਿੱਚ ਇਹਨਾਂ ਦੀ ਜਿਹੜੀ ਆਮਦਨ ਹੈ ਪੰਜਾਬ ਦੀ ਬਹੁਤ ਜ਼ਿਆਦਾ ਘਟੀ ਹੈ ਪੂਰੀ ਤਰ੍ਹਾਂ ਜੀ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦਾ ਹੁਣ ਤੱਕ ਜਿਹੜਾ ਰੈਵਨਿਊ ਇਕੱਠਾ ਹੋਇਆ ਹੈ ਉਹ 60,000 ਕਰੋੜ ਤੋਂ ਵੱਧ ਇਕੱਠਾ ਹੋਇਆ ਹੋਵੇ ਜੀ 60 ਵੀ ਇਕੱਠਾ ਹੋਵੇ ਤਾਂ ਮੈਂ ਗਨੀਮਤ ਸਮਝਾਂਗਾ ਉਸ ਸਰ ਇੱਕ ਤਕਰੀਬਨ 40,000 ਕਰੋੜ ਰੁਪਈਆ ਤਾਂ ਇਹਨਾਂ ਦਾ ਤਨਖਾਹਾਂ ਤੇ ਪੈਨਸ਼ਨਾਂ ਤੇ ਚਲਾ ਜਾਂਦਾ ਹੈ ਜੀ 19,000 ਕਰੋੜ ਰੁਪਈਆ ਵਿਆਜ 'ਚ ਚਲਾ ਜਾਂਦਾ ਹੈ ਜਿਹੜਾ ਇਹਨਾਂ ਨੇ ਪੈਸਾ ਵਿਆਜ ਪੈਸੇ ਦਾ ਵਿਆਜ ਦੇਣਾ ਜੀ ਜਿੰਨਾ ਕੁ ਰੈਵਨਿਊ ਇਕੱਠਾ ਹੋਇਆ ਮੇਰੇ ਹਿਸਾਬ ਨਾਲ ਉਹਨਾਂ 1,000 ਕਰੋੜ ਵਧੂ ਜੇ 63,000 ਇਕੱਠਾ ਹੋ ਗਿਆ ਤਾਂ 6-7,000 ਕਰੋੜ ਬਚੂ ਜੀ ਇਹਨਾਂ ਦੇ ਰੈਵਨਿਊ ਦੀ ਇੱਕ ਵੱਡੀ ਸਮੱਸਿਆ ਹੋਣ ਵਾਲੀ ਹੈ ਉਹ ਬਜਟ 'ਚ ਮੈਨੇਜ ਕਿਵੇਂ ਕਰਦੇ ਨੇ ਨਵਾਂ ਟੈਕਸ ਲਾ ਨਹੀਂ ਸਕਦੇ ਨਵਾਂ ਟੈਕਸ ਦੇਣ ਦੀ ਲੋਕਾਂ ਕੋਲ ਸਮਰੱਥਾ ਵੀ ਨਹੀਂ ਹੈ ਕੋਈ ਐਸਾ ਟੈਕਸ ਦਾ ਸੋਰਸ ਹੈ ਨਹੀਂ ਤੇ ਇਸ ਕਰਕੇ ਇੱਥੇ ਇਹਨਾਂ ਨੂੰ ਬੈਲੈਂਸਿੰਗ ਐਕਟ ਕਿਵੇਂ ਕਰਦੇ ਨੇ ਵੀ ਕਰਜ਼ਾ ਲੈ ਕੇ ਕਰਦੇ ਨੇ ਕੋਈ ਜਾਇਦਾਦ ਵੇਚ ਕੇ ਕਰਦੇ ਨੇ ਇਹਦੇ ਵਿੱਚ ਜਿਵੇਂ ਕੇਂਦਰ ਨੇ ਤਾਂ ਕਰੇ ਹੀ ਹੈ ਨਾ ਜੀ ਕੇਂਦਰ ਨੇ 34,84,000 ਕਰੋੜ ਦਾ ਬਜਟ ਹੈ ਜੀ ਜੋ 15,08,000 ਕਰੋੜ ਦਾ ਕਰਜ਼ਾ ਲੈਣਾ ਜੀ 1,75,000 ਕਰੋੜ ਜੇ ਕੰਪਨੀਆਂ ਵੇਚ ਦੇਣੀਆਂ ਨੇ ਸਰਕਾਰੀ ਤੇ ਤਾਂ 16,83,000 ਕਰੋੜ ਐ ਇਕੱਠਾ ਕਰ ਲੈਣਾ ਬਾਕੀ 18,000 ਕਰੋੜ ਰਹਿ ਗਿਆ ਉਹ ਜੋ 6,000 ਕਰੋੜ 5,500 ਕਰੋੜ ਕੱਢੇ ਪੈਟਰੋਲ ਡੀਜ਼ਲ ਤੋਂ ਆ ਜਾਣਾ ਕੇਂਦਰ ਨੂੰ ਤੇ ਬਾਕੀ 12,000 ਕਰੋੜ ਰਹਿ ਗਿਆ ਉਹ ਇੱਧਰ ਉੱਧਰ ਕਰ ਲੈਣਗੇ ਸੋ ਉਹਨਾਂ ਨੇ ਤਾਂ ਕਰਜ਼ੇ ਨਾਲ ਮਤਲਬ ਅੱਧਾ ਬਜਟ ਕਰਜ਼ੇ ਨਾਲ ਕਰ ਗਿਆ ਜਾਇਦਾਦਾਂ ਵੇਚ ਕੇ ਇਹਨਾਂ ਕੋਲੇ ਜਾਇਦਾਦਾਂ ਵੀ ਵੇਚਣ ਨੂੰ ਹੈ ਨੀ ਇੱਕ ਤਾਂ ਕੇਂਦਰ ਕੋਲ ਨਾ ਕੰਪਨੀਆਂ ਤੇ ਇਹਨਾਂ ਕੋਲ ਤਾਂ ਕੰਪਨੀਆਂ ਹੀ ਨੀ ਹੈਗੀਆਂ ਬਹੁਤੀਆਂ ਜੀ ਇਸ ਕਰਕੇ ਇਹਨਾਂ ਨੂੰ ਮੈਨੂੰ ਐ ਲੱਗਦਾ ਵੀ ਇਸ ਬਜਟ 'ਚ ਕਰਜ਼ੇ 'ਚ ਨਿਰਭਰ ਰਹਿਣਾ ਪਏਗਾ ਉਹ ਕੇਂਦਰ ਤੋਂ ਲੈਂਦੇ ਨੇ ਕਮਰਸ਼ੀਅਲ ਲੋਨ ਲੈਂਦੇ ਨੇ ਕਿਸ ਪਾਸੇ ਨੂੰ ਜਾਂਦੇ ਨੇ ਉਹ ਦੇਖਣ ਦੀ ਗੱਲ ਹੈ ਵੈਲਫੇਅਰ ਮਈਅਰ ਇਸ ਵੇਲੇ ਕੱਟ ਨਹੀਂ ਸਕਦੇ ਇੱਕ ਇਹਨਾਂ ਕੋਲ ਸੋਰਸ ਹੈਗਾ ਹੈ ਮੈਨੂੰ ਨੀ ਪਤਾ ਕਿਵੇਂ ਮੈਨੇਜ ਕਰਦੇ ਨੇ ਇਹ 19 ਲੱਖ ਬੰਦਿਆਂ ਨੂੰ ਪੈਨਸ਼ਨ ਦੇ ਰਹੇ ਨੇ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਤੇ ਅਪੰਗ ਪੈਨਸ਼ਨ ਕਹਿ ਦਈਏ ਆਸਰਾ ਪੈਨਸ਼ਨ ਉਹ ਜਿਹੜੇ 19 ਲੱਖ ਨੂੰ ਆਇਆ ਇਹਨਾਂ ਦਾ ਆਪਦਾ ਸੀਗਾ ਇਹਨਾਂ ਨੇ ਟਰੇਸ ਕਰੇ ਸੀ ਉਹਨਾਂ ਚੋਂ ਤਕਰੀਬਨ 16 ਲੱਖ ਸੱਚੇ ਨੇ 3 ਕੁ ਲੱਖ ਬੰਦੇ ਸੀ ਜਿਹੜੇ ਉਹ ਗਲਤ ਨਹੀਂ ਸੀਗੇ ਜਿਹੜੇ ਪਾਤਰ ਹੀ ਨਹੀਂ ਬਣਦੇ ਜੀ 3 ਲੱਖ ਇਹਨਾਂ ਕੋਲ ਆਇਡੈਂਟੀਫਾਈਡ ਹੈਗੇ ਨੇ ਪਰ ਪੈਨਸ਼ਨ ਨੂੰ 19 ਲੱਖ ਨੇ ਰਿਲੀਜ਼ ਕਰ ਰਹੇ ਆ ਉਹਦੇ ਉਹਨਾਂ ਚ ਜੇ ਹੁਣ ਵੀ ਨਹੀਂ ਹੁਣ ਉਹ ਕੱਟ ਨਹੀਂ ਲਾਣਗੇ ਕਿਉਂਕਿ ਹੁਣ ਜੇ ਕੱਟ ਲਾਣਗੇ ਸਮਾਂ ਵੇਚਣ ਨਹੀਂ ਫੈਲ ਜਾਏਗੀ ਜੀ ਇਸ ਕਰਕੇ ਹੁਣ ਉਹ ਕੱਟ ਜਿਹੜਾ ਪਹਿਲਾਂ ਲਾ ਸਕਦੇ ਸੀ ਉਹ ਵੀ ਨਹੀਂ ਲਾਣਾ ਇਹਨਾਂ ਨੇ ਉਹਦੇ ਚੋਂ ਜਿਹੜੀ ਮਾੜੀ ਮੋਟੀ ਸਕੋਪ ਸੀਗਾ ਤੇ ਉੱਥੇ 750 ਪੈਨਸ਼ਨਾਂ ਤੇ ਹੁਣ ਇਹ ਵਧਾ ਨਹੀਂ ਸਕਦੇ ਕਿਉਂਕਿ ਜਿੰਨੀਆਂ ਹੈਗੀ ਆ 19 ਮਸਾਂ ਦੇ ਰਹੇ
ਤੇ ਉਹ ਉੱਥੇ ਵੀ ਵਧਾ ਨਹੀਂ ਸਕਣਗੇ। ਜੀ ਠੀਕ ਹੈ। ਜਿਹੜਾ ਬਾਕੀ ਇਹਨਾਂ ਦਾ ਹੈਗਾ ਹੈ ਕਿ ਮਿਡ ਡੇ ਮੀਲ ਵਗੈਰਾ ਜਿਹੜਾ ਸਕੂਲਾਂ 'ਚ ਭੋਜਨ ਦੇਣੇ, ਆਂਗਨਵਾੜੀ 'ਚ ਭੋਜਨ ਦੇਣੇ, ਆਟਾ ਦਾਲ ਸਕੀਮ ਹੈ, ਉਹਦੇ ਵਿੱਚ ਕੇਂਦਰ ਨੇ ਐਤਕੀ ਬਜਟ ਬਹੁਤ ਘਟਾਤਾ। ਜੀ ਉਹਦਾ ਵੀ ਇਹਨਾਂ ਨੂੰ ਇੱਕ ਬੈਲੈਂਸ ਕਰਨਾ ਪਊਗਾ। ਕੇਂਦਰ ਨੇ ਜਿਹੜਾ ਪ੍ਰੋਕਿਓਰਮੈਂਟ ਸੀਗੀ ਇਹਨਾਂ ਚੀਜ਼ਾਂ ਵਾਸਤੇ, ਜੀ ਪਹਿਲਾਂ 4,33,000 ਕਰੋੜ ਦਾ ਬਜਟ ਸੀ ਪਿਛਲੇ ਸਾਲ, ਜੀ ਐਤਕੀ ਉਹ 2,51,000 ਕਰੋੜ ਦਾ ਰਹਿ ਗਿਆ। ਜੀ ਇੰਨਾ ਹੀ ਮਿਡ ਡੇ ਮੀਲ ਦਾ ਬਜਟ ਜਿਹੜਾ ਕੇਂਦਰ ਨੇ ਪਿਛਲੇ ਸਾਲ 12,900 ਕਰੋੜ ਦਾ ਸੀ, ਜੀ ਐਤਕੀ 11,500 ਕਰੋੜ ਦਾ ਰਹਿ ਗਿਆ। ਨਾਲ ਕਹਿੰਦਾ ਵੀ ਦੇਣਾ ਤੁਸੀਂ ਸਵੇਰ ਦਾ ਭੋਜਨ ਵੀ ਹੈ ਤੇ ਨਰਸਰੀ ਵਾਲੇ ਬੱਚਿਆਂ ਨੂੰ ਵੀ ਦੇਣਾ। ਜੀ ਸੋ ਉਹਦੇ ਵਿੱਚੋਂ ਇੰਨਾ ਹੀ ਵੈਲਫੇਅਰ ਦਾ ਬਜਟ ਘਟਿਆ। ਸੋ ਇਹ ਜਿਹੜਾ ਬਜਟ ਘਟੇ ਨੇ ਉਹਦੇ ਨਾਲ ਇੱਕ ਇਹਨਾਂ ਤੇ ਹੋਰ ਪ੍ਰੈਸ਼ਰ ਪਏਗਾ, ਭਾਵੇਂ ਉਹ ਘਟਾਇਆ ਤਾਂ ਕੇਂਦਰ ਨੇ, ਉਹ ਹੋਇਆ ਵੀ ਜਿਹੜੀ ਗੈਸ ਦੀ ਸਬਸਿਡੀ ਕੇਂਦਰ ਦਿੰਦਾ ਸੀ 33,000 ਕਰੋੜ ਦੀ, ਜੀ ਉਹ ਘਟਾ ਕੇ ਉਹਨੇ 12,000 ਕਰੋੜ ਕਰਤੀ। ਇਹਦਾ ਮਤਲਬ ਜਿਹੜੇ ਗਰੀਬਾਂ ਨੂੰ ਮਾੜਾ ਮੋਟਾ ਗੈਸ ਸਸਤਾ ਮਿਲਦਾ ਸੀ ਜੀ ਸਬਸਿਡੀ, ਉਹ ਭਾਰਤ ਆਪਾਂ ਨੂੰ ਪਤਾ ਹੀ ਵਧਾ ਤਾ, ਜੀ ਉਹਦੇ ਨਾਲ ਬੇਚੈਨੀ ਜਿਹੜੀ ਪੈਦਾ ਹੋਊ ਉਹਦਾ ਸੋਲਿਊਸ਼ਨ ਇਹਨਾਂ ਕੋਲ ਹੈ ਨਹੀਂ, ਰੌਲਾ ਇਹਨਾਂ ਦੇ ਅਗੇਂਸਟ ਪੈਣਾ। ਜੀ ਤੇ ਜਿਹੜਾ ਬਿਜਲੀ ਦਾ ਇਹ ਦੇ ਰਹੇ ਨੇ, ਇੱਕ ਹਾਂ ਇੱਥੇ ਕੱਟ ਹੈਗਾ ਇਹਨਾਂ ਕੋਲ ਜੇ ਚਾਹੁੰਦੇ, ਮੈਨੂੰ ਨਹੀਂ ਪਤਾ ਤੇ ਇਸ ਸਾਲ ਨਹੀਂ ਕਰਨਗੇ, ਜਿਹੜੇ 100-100 ਏਕੜ ਵਾਲੇ ਨੇ 50-50 ਇਹ ਕਹਿ ਸਕਦੇ ਸੀ ਵੀ 20 ਜਾਂ 25 ਏਕੜ ਤੋਂ ਵੱਧ ਵਾਲਿਆਂ ਨੂੰ ਅਸੀਂ ਨਹੀਂ ਦੇਣਾ, ਤੇ ਦੂਜੀ ਗੱਲ ਇੱਕ ਤੋਂ ਵੱਧ ਟਿਊਬ ਵਾਲਿਆਂ ਨੂੰ ਅਸੀਂ ਦੇਣਾ ਨਹੀਂ ਹੈ ਜੀ ਜਿਹੜੀ ਮੁਫਤ ਬਿਜਲੀ ਆ। ਉਹਦੇ ਨਾਲ ਇਹਨਾਂ ਦਾ ਕੁਛ ਨਾ ਕੁਛ ਸਕੋਪ ਠੀਕ ਹੋ ਸਕਦਾ ਸੀ, ਪਰ ਉਹਦੇ ਵਿੱਚ ਵੀ ਮੈਨੂੰ ਲੱਗਦਾ ਵੀ ਇਸ ਵਾਰੀ ਨਹੀਂ ਕਰਨਗੇ ਇਹ। ਅੱਛਾ ਡਾਕਟਰ ਸਾਹਿਬ, ਇੱਥੇ ਇੱਕ ਸਵਾਲ ਹੁੰਦਾ, ਜਿਵੇਂ ਤੁਸੀਂ ਕਿਹਾ ਕਿ ਹੁਣ ਕਾਫੀ ਚੀਜ਼ਾਂ ਤੁਸੀਂ ਗਣਾਈਆਂ ਜਿਸ ਦੇ ਵਿੱਚ ਆਪਾਂ ਦੇਖਿਆ ਵੀ ਜੋ ਸਰਕਾਰ ਦੀ ਖਾਮੀਆਂ ਨੇ, ਵੀ ਪਹਿਲਾਂ ਬਜਟ ਕਿੰਨਾ ਹੁੰਦਾ ਸੀਗਾ, ਹੁਣ ਜਿਹੜਾ ਅਮਾਊਂਟ ਸੀ ਉਹ ਵੀ ਘਟ ਗਈ, ਬਜਟ ਦਾ ਜਿਹੜਾ ਅਮਾਊਂਟ ਸੀ ਬਹੁਤ ਵੱਡਾ ਹੁੰਦਾ ਸੀ ਪਿਛਲੇ ਸਾਲ, ਤੇ ਇਸ ਸਾਲ ਅਮਾਊਂਟ ਬਹੁਤ ਘਟ ਗਿਆ, ਵੀ ਇੰਨੀਆਂ ਖਾਮੀਆਂ ਹੋਣ ਦੇ ਬਾਵਜੂਦ ਕਿ ਇੱਕ ਸਵਾਲ ਨਿਕਲ ਕੇ ਆਉਂਦਾ ਕਿ ਲੋਕ ਜਿਹੜੇ ਪੰਜਾਬ ਦੇ ਨੇ ਫਿਰ ਤੋਂ ਇਹਨਾਂ ਪਾਰਟੀਆਂ ਤੇ ਭਰੋਸਾ ਕਰਨਗੇ, ਫਿਰ ਕੋਈ ਆਸ ਰੱਖਣਗੇ? ਉਹ ਜਿਹੜਾ ਹੈਗਾ ਵੀ ਜਦ ਆਪਾਂ ਨਾ ਕਹਿੰਦੇ ਜਿਹੜੇ ਬੁਰਿਆਂ ਦੇ ਵਿੱਚੋਂ ਇੱਕ ਘੱਟ ਬੁਰੇ ਨੂੰ ਚੁਣਨ ਵਾਲੀ ਗੱਲ ਹੁੰਦੀ ਹੈ, ਇਸ ਵੇਲੇ ਜੇ ਆਪਾਂ ਦੇਖੀਏ ਅਕਾਲੀ ਦਲ ਦੇ ਉੱਤੇ ਕੋਈ ਲੋਕਾਂ ਦਾ ਭਰੋਸਾ ਨਹੀਂ ਹੈ, ਬੀਜੇਪੀ 'ਚ ਬਿਲਕੁਲ ਹੀ ਨਹੀਂ ਹੈ, ਆਪ ਵਾਲਿਆਂ ਦਾ ਵੀ ਪਿਛਲੇ ਆਪਾਂ ਨੂੰ ਚੋਣ ਉਹਨਾਂ ਨੇ 20 ਸੀਟਾਂ ਦੇਤੀਆਂ ਸੀ, ਪਰ ਆਪਾਂ ਨੂੰ ਪਤਾ ਵੀ ਕਿੰਨੇ ਵਾਰੀ ਟੁੱਟ ਭੱਜ, 3 ਵਾਰੀ ਤੋਂ ਆਪਦਾ ਐਲਓਪੀ ਬਦਲ ਚੁੱਕੇ, ਸੋ ਆ ਚੋਣਾਂ ਦੇ ਵਿੱਚ ਵੀ ਆਪ ਵਾਲਿਆਂ ਦਾ ਆਪਾਂ ਨੂੰ ਪਤਾ ਹੀ ਹੈ 59 ਸੀਟਾਂ ਲਈਆਂ ਨੇ ਸਾਰੀਆਂ, ਜੀ ਬੀਜੇਪੀ ਨੂੰ 49 ਮਿਲੀਆਂ ਨੇ, ਜੀ ਤੇ ਅਕਾਲੀ ਦਲ ਨੂੰ ਭਾਵੇਂ 270-275 ਮਿਲ ਗਈਆਂ, ਜੀ ਤੇ ਉਹ ਕੋਈ ਬਹੁਤਾ ਜ਼ਿਆਦਾ ਪਰਫਾਰਮੈਂਸ ਨਹੀਂ ਹੈ, ਔਰ ਸ਼ਹਿਰਾਂ ਦੇ ਵਿੱਚ ਉਹ ਕਹਿ ਸਕਦੇ ਨੇ ਅਕਾਲੀ ਦਲ ਵਾਲੇ ਤਾਂ ਚਲੋ ਵੀ ਸਾਡਾ ਸ਼ਹਿਰਾਂ 'ਚ ਤਾਂ ਜ਼ੋਰ ਹੀ ਨਹੀਂ ਸੀ, ਆਪ ਵਾਲੇ ਵੀ ਕਹਿ ਸਕਦੇ ਨੇ, ਪਰ ਬੀਜੇਪੀ ਦਾ ਤਾਂ ਬੜਾ ਹੀ ਬੁਰਾ ਹਾਲ ਹੋਇਆ ਸ਼ਹਿਰਾਂ 'ਚ, ਕਿਉਂਕਿ ਉਹਨੇ ਤਾਂ ਵੋਟ ਬੈਂਕ ਹੀ ਸ਼ਹਿਰ ਨੇ ਜ਼ਿਆਦਾ, ਜੇ ਇਸ ਕਰਕੇ ਬੀਜੇਪੀ ਤਾਂ ਵੈਸੇ ਨਹੀਂ ਦੇਣੀ ਕਿਸੇ ਨੇ ਵੋਟ, ਜੀ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਅਕਾਲੀ ਦਲ ਅਜੇ ਆਪਦੇ ਆਪ ਨੂੰ, ਕਿਉਂਕਿ ਉਹ ਉਸ ਭਾਵੇਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਵੀ ਦਿੱਤਾ ਤੇ ਇਹਨਾਂ ਨੇ ਐਨਡੀਏ ਛੱਡੀ ਵੀ, ਉਸ ਤੋਂ ਅੱਗੇ ਜਿਹੜਾ ਉੱਥੇ ਬਜਟ ਸੈਸ਼ਨ 'ਚ ਬੀਬਾ ਹਰਸਿਮਰਤ ਕੌਰ ਬਾਦਲ ਬੋਲੇ ਨੇ, ਉਹ ਵੀ ਬੜੇ ਵਧੀਆ ਬੋਲੇ ਨੇ, ਮੈਂ ਪਹਿਲੀ ਵਾਰੀ ਉਹਨਾਂ ਨੂੰ ਸੁਣਿਆ ਵੀ ਇੰਨਾ ਵਧੀਆ ਬੋਲੇ, ਤੇ ਉਹਨਾਂ ਨੇ ਕਿਹਾ ਵੀ ਆ ਤੁਸੀਂ MSP ਤਾਂ ਪੱਕਾ, ਤੁਸੀਂ ਆਪ ਜਾਂ ਚੇਅਰਮੈਨ ਸੀਗੇ ਕਮੇਟੀ ਦੇ ਮੋਦੀ ਸਾਹਿਬ, ਜਦ ਤੁਸੀਂ ਚੀਫ ਮਿਨਿਸਟਰ ਸੀਗੇ ਉਦੋਂ ਕਮੇਟੀ 'ਚ ਦਿੱਤੀ, ਉਹ ਕਾਗਜ਼ ਪੇਸ਼ ਕਰੇ ਨੇ ਉਹਨਾਂ ਨੇ ਉਸ ਤਰੀਕੇ ਨਾਲ ਇਹਨਾਂ ਨੇ, ਪਰ ਇਹ ਜਿਹੜਾ ਉਹਨਾਂ ਨੇ ਬੋਲਿਆ ਜਿਹੜਾ ਇਹਨਾਂ ਨੇ ਛੱਡਿਆ ਉਹਦੇ ਉੱਤੇ ਕੋਈ ਮਾਸ ਮੂਵਮੈਂਟ ਬਿਲਡ ਨਹੀਂ ਕਰ ਰਹੇ, ਇਹ ਅਕਾਲੀ ਸੀਗੇ ਜੇ ਇਹ, ਕਿਉਂਕਿ ਇਕੱਲਾ ਅਕਾਲੀ ਦਲ ਹੀ ਕਰ ਸਕਦਾ ਇਹ ਕੰਮ, ਤਾਂ ਵੀ ਪੰਜਾਬ ਦੇ ਵੱਧ ਅਧਿਕਾਰਾਂ ਦੇ ਕਿਸਾਨ ਆਪਦੀ ਮੂਵਮੈਂਟ ਲੜ ਰਹੇ ਨੇ, ਇਹ ਇਹਨਾਂ ਕੋਲ ਕੈਡਰ ਹੈਗਾ ਇੰਨਾ ਕੁ, ਜੇ ਇਹ ਆਪਦੇ ਵੱਧ ਅਧਿਕਾਰਾਂ ਦੀ ਮੂਵਮੈਂਟ ਪਹਿਲਾਂ ਸਟੇਟ ਕਨਵੈਨਸ਼ਨ ਕਰਕੇ ਫਿਰ ਜਿਹਨਾਂ ਤੱਕ ਲਾ ਕੇ ਪੰਜਾਬ 'ਚ ਤਕੜਾ ਕਰ ਲੈਂਦੇ, ਫਿਰ ਇਹਨਾਂ ਨਾਲ ਮਮਤਾ ਬੈਨਰਜੀ ਤੇ ਆਪਣੇ ਚੰਦਰ ਬਾਬੂ ਨਾਇਡੂ ਤੇ ਅਖਿਲੇਸ਼ ਯਾਦਵ ਤੇ ਲਾਲੂ ਪ੍ਰਸਾਦ ਯਾਦਵ ਵਗੈਰਾ ਆ ਜਾਂਦੇ, ਫਿਰ ਰੀਜਨਲ ਲੀਡਰ ਤਾਂ ਆਉਂਦੇ ਨੇ ਜਦ ਤੁਹਾਡਾ ਆਪਣਾ ਜਿਹੜਾ ਕਹਿੰਦੇ ਕਿੱਡਾ ਤਕੜਾ ਹੋਵੇ, ਜੀ ਜੀ ਤਕੜਾ ਨਹੀਂ ਕਰ ਰਹੇ ਸੀ, ਉਹ ਅਕਾਲੀ ਦਲ ਨੂੰ ਵੀ ਕੋਈ ਬਹੁਤੀ ਉਮੀਦ ਨਹੀਂ ਕਰਨੀ ਚਾਹੀਦੀ। ਇਸ ਤੋਂ ਅੱਗੇ ਆ ਜਾਂਦਾ ਆਪਣੇ ਕੋਲੇ ਜਿਹੜਾ ਹੈਗਾ ਇਹ ਆਪ ਵਾਲੇ, ਆਪ ਵਾਲਿਆਂ ਦਾ ਆਪਣੇ ਸਾਹਮਣੇ ਆ ਜੋ ਕੁਛ ਹੀਟ ਪਿਆ ਉਹਦੇ ਚ ਵੀ ਕੋਈ ਲੋਕਾਂ ਦਾ ਬਹੁਤਾ ਰਹਿ ਨਹੀਂ ਜਾਂਦਾ, ਜੀ ਸੋ ਮੁੜਕਣ ਤੋਂ ਘੁੜ ਕੇ ਨਾ ਚੰਗੇ ਹੋਣ ਦੇ ਬਾਵਜੂਦ, ਮੈਂ ਇਹ ਕਹਿਣਾ ਨਾ ਚੰਗੇ ਹੋਣ ਦੇ ਬਾਵਜੂਦ ਨਾ ਪਰਫਾਰਮੈਂਸ ਹੋਣ ਦੇ ਬਾਵਜੂਦ ਮੈਨੂੰ ਇਹ ਲੱਗਦਾ ਵੀ ਅਜੇ ਵੀ ਲੋਕਾਂ ਕੋਲੇ ਕਾਂਗਰਸ ਹੀ ਅਲਟਰਨੇਟ ਮੰਨਿਆ ਜਾਏਗਾ। ਉਹਦਾ ਵੱਡਾ ਕਾਰਨ ਇੱਕ ਹੋਰ ਵੀ ਹੈ, ਉਹਦਾ ਵੱਡਾ ਕਾਰਨ ਇਹ ਹੈ ਕਾਂਗਰਸ ਨੇ ਇਕਨੋਮਿਕ ਲੈਵਲ ਤੇ ਨਹੀਂ ਕੁਝ ਕਰਿਆ, ਪਰ ਕਾਂਗਰਸ ਨੇ ਜਿਹੜਾ ਕਿਸਾਨੀ ਘੋਲ ਸੀ ਉਹਦੇ ਵਿੱਚ ਕੋਈ ਨੈਗੇਟਿਵ ਰੋਲ ਨਹੀਂ ਪਲੇ ਕਰਿਆ, ਜਿਵੇਂ ਹਰਿਆਣੇ ਨੇ, ਹਰਿਆਣਾ ਤਾਂ ਕੁੱਟ ਖਾ ਕੇ ਚੁੱਪ ਕਰਿਆ ਨਾ, ਹਰਿਆਣਾ ਤਾਂ ਖੱਟਰ ਦਾ ਜਹਾਜ਼ ਨੀ ਉਤਰਤਾ, ਉੱਥੇ ਆਣ ਨੀ ਦਿੱਤਾ, ਹੋਰ ਨੀ ਦਿੱਤਾ, ਅਜੇ ਵੀ ਉਹ ਕਈ ਪੁੱਠੀਆਂ ਸਿੱਧੀਆਂ ਗੱਲਾਂ ਕਰਦਾ, ਜਿਵੇਂ ਇਹਨੇ ਉਹਨਾਂ ਦੇ ਇੱਕ ਮੰਤਰੀ ਨੇ ਕਹਿ ਦਿੱਤਾ ਵੀ ਇਹ ਤਾਂ ਫਿਰ ਉੱਥੇ ਉਂਝ ਵੀ ਤਾਂ ਮਰੀ ਜਾਂਦੇ ਨੇ, ਤੇ ਇਹੋ ਜਿਹੀਆਂ ਗੱਲਾਂ ਵਿੱਚ ਨੇ ਜੋ ਬਿਆਨ ਦਿੱਤਾ ਹੈ ਅਨਿਲ ਵਿੱਜ ਨੇ, ਉਹ ਵੀ ਜੇ ਬਿਆਨ ਜਿਹੜੇ ਨੇ ਉਹ ਇੱਥੇ ਪੰਜਾਬ 'ਚ ਜਿਹੜੀ ਰੂਲਿੰਗ ਪਾਰਟੀ ਆ ਉਹਨੇ ਨਹੀਂ ਕਰੇ ਇਸ ਤਰ੍ਹਾਂ,
ਇੰਟਰਸਟ ਬੋਲਦਾ। ਸਰ ਇੱਕ ਇੱਕ ਕੁਐਸਚਨ ਇੱਥੇ ਮੈਂ ਥੋਕਣਾ ਚਾਹੂੰਗਾ ਕਿ ਤੁਸੀਂ ਕਿਹਾ ਕਿ ਕਾਂਗਰਸ ਵੱਲੋਂ ਜੋ ਹੈ ਉਹ ਨੈਗੇਟਿਵ ਰੋਲ ਕਿਸਾਨੀ ਅੰਦੋਲਨ ਦੇ ਵਿੱਚ ਨਹੀਂ ਕੀਤਾ ਗਿਆ, ਪਰ ਹਾਈ ਪਾਵਰ ਕਮੇਟੀ ਦੇ ਵਿੱਚ ਤਾਂ ਖੁਦ ਮੈਂਬਰ ਰਹੇ ਸੀ ਸੀਐਮ ਸਾਹਿਬ। ਨਹੀਂ ਮੈਂ ਇਸ ਗੱਲ ਤੇ ਡਿਫਰ ਕਰਦਾ, ਲੋਕਾਂ ਨੂੰ ਪਤਾ ਨਹੀਂ ਗਲਤ ਕਹਿ ਰਹੇ ਨੇ, ਗਲਤ ਬਿਆਨ। ਪਰ ਇਹ ਤਾਂ ਸੰਸਦ ਦੇ ਵਿੱਚ ਰਾਓ ਸਾਹਿਬ ਦਾਨਵੇ ਵੱਲੋਂ ਖੁਦ ਕਿਹਾ ਗਿਆ ਸੀਗਾ। ਮੈਂ ਕਹਿੰਦਾ ਤੁਹਾਨੂੰ ਪੂਰੀ ਗੱਲ ਤਾਂ ਸੁਣ ਲਓ ਨਾ ਜੀ, ਬਿਲਕੁਲ ਮੈਂਬਰ ਹੋਣਾ ਹੋਰ ਗੱਲ ਹੈ, ਉੱਥੇ ਹਾਜ਼ਰ ਹੋਣਾ ਹੋਰ ਗੱਲ ਹੈ। ਜੀ ਸੀਐਮ ਸਾਹਿਬ ਮੀਟਿੰਗ 'ਚ ਗਏ ਨਹੀਂ, ਤਿੰਨ ਮੀਟਿੰਗਾਂ ਦੇ ਕੁਐਸਚਨ ਮੈਂ ਦੱਸ ਦਿੰਦਾ ਤੁਹਾਨੂੰ ਸਾਰੀ ਗੱਲ। ਜੀ ਬਿਲਕੁਲ, ਤਿੰਨ ਮੀਟਿੰਗਾਂ ਹੋਈਆਂ, ਇੱਕ 'ਚ ਇਹ ਤਾਂ ਗਏ ਨਹੀਂ ਹੈਗੇ, ਦੂਜੀ ਮੀਟਿੰਗ ਦੇ ਵਿੱਚ ਜਿਹੜੇ ਸੀਗੇ ਆਪਣੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਗਏ ਸੀ, ਉੱਥੇ ਇਹ ਬਿੱਲ ਨਹੀਂ ਪੇਸ਼ ਹੋਏ, ਉੱਥੇ ਬਿੱਲ ਦੱਸੇ ਗਏ ਜੀ ਮਨਪ੍ਰੀਤ ਬਾਦਲ ਉੱਥੇ ਲਿਖ ਕੇ ਪੇਸ਼ ਕਰਕੇ, ਹਾਲਾਂਕਿ ਮਨਪ੍ਰੀਤ ਬਾਦਲ ਨੇ ਜੋ ਕਿਹਾ, ਕਿਉਂਕਿ ਬਿੱਲਾਂ ਬਾਰੇ ਉਹਨੂੰ ਪਤਾ ਕੁਛ ਨਹੀਂ ਸੀ ਬਹੁਤਾ ਜੀ, ਤੇ ਮਨਪ੍ਰੀਤ ਬਾਦਲ ਨੇ ਉੱਥੇ ਉਂਝ ਕਿਹਾ ਵੀ ਆਹ ਕਰੋ ਐਂ ਕਰੋ ਫਲਾਣਾ ਕਰੋ, ਉਹਦੇ 'ਚ ਖੇਤੀ ਨਾਲ ਸੰਬੰਧਿਤ 20 ਮੁੱਦੇ ਸੀਗੇ, ਡਾਕੂਮੈਂਟਡ ਆਏ 'ਚ ਕੋਈ ਦੋ ਰਾਏ ਨਹੀਂ। ਕਈਆਂ ਲੋਕਾਂ ਨੂੰ ਨਾ ਐਵੇਂ ਆਦਤ ਹੁੰਦੀ ਆ ਵੀ ਆਪਾਂ ਇੱਧਰ ਦੀ ਕਰਦੀ ਉੱਧਰ ਦੀ ਕਰਦੀਏ, ਤੇ ਇੱਦਾਂ ਹੀ ਜਿਹੜੀ ਤੀਜੀ ਮੀਟਿੰਗ ਸੀ ਉਹ 'ਚ ਇਹਨਾਂ ਦੇ ਬਿਊਰੋਕਰੈਟ ਗਏ ਨੇ, ਤੇ ਆਮ ਤੌਰ ਤੇ ਬਿਊਰੋਕਰੇਸੀ, ਮੈਂ ਬਿਊਰੋਕਰੇਸੀ 'ਚ ਰਿਹਾ ਸਰਕਾਰੀ 'ਚ, ਜਦ ਤੁਸੀਂ ਲੋਕਾਂ ਨੂੰ ਧੋਖਾ ਦੇਣਾ ਹੋਵੇ ਨਾ ਜੀ, ਡਰ ਹੋਵੇ ਵੀ ਅਪੋਜ਼ ਕਰਨਗੇ, ਉਦੋਂ ਤੁਸੀਂ ਕੀ ਕਰਦੇ ਹੋ, ਐਂਡ 'ਚ ਉਹਨੂੰ ਲੈ ਆਉਂਦੇ ਹੋ ਜੀ ਟੇਬਲ ਏਜੰਡਾ, ਉਦੋਂ ਆ ਜੀ ਇੱਕ ਬਿੱਲ ਨੇ ਤਿੰਨ, ਹਾਂ ਹਾਂ ਠੀਕ ਹੈ ਜੀ ਅਸੀਂ ਕਿਸਾਨਾਂ ਦੀ ਆਮਦਨ ਵਧਾਉਣੀ ਹੈ ਜੀ ਅਸੀਂ ਫਲਾਣਾ ਕਰਨਾ, ਹਾਂ ਹਾਂ ਠੀਕ ਹੈ ਠੀਕ ਹੈ। ਇਹ ਇਸ ਤਰ੍ਹਾਂ ਜਿਹੜੇ ਬਿੱਲ ਪੇਸ਼ ਹੋਣੇ ਨੇ ਜਿਹੜੇ ਨਾ ਜੀ, ਇਹਨਾਂ ਦੇ ਉੱਤੇ ਤਾਂ ਵੱਡਾ ਇਤਰਾਜ਼ ਹੈ, ਇਹ ਤਾਂ ਕੇਂਦਰ ਸਰਕਾਰ ਨੇ ਸਭ ਤੋਂ ਜ਼ਿਆਦਾ ਕਹਿਰ ਕਾਪੀ ਕਰੀ, ਉਹਨਾਂ ਨੇ ਨਾ ਤਾਂ ਕਿਸੇ ਸਿਲੈਕਟ ਕਮੇਟੀ ਨੂੰ ਭੇਜਿਆ, ਦੇਖੋ ਬਿੱਲ ਮੁੱਖ ਮੰਤਰੀ ਹੋਣ ਮੈਂਬਰ, ਪਹਿਲੀ ਗੱਲ ਕਿਸਾਨਾਂ ਨੂੰ ਪੁੱਛਣਾ, ਜੇ ਕਿਸਾਨਾਂ ਦੇ ਬਾਰੇ ਤੁਸੀਂ ਬਿੱਲ ਬਣਾ ਰਹੇ ਹੋ ਤਾਂ ਮੈਂਡੇਟਰੀ ਸੀ ਕਿਸਾਨਾਂ ਨੂੰ ਪੁੱਛਣਾ, ਨਹੀਂ ਪੁੱਛਿਆ। ਫਿਰ ਦੂਜੀ ਗੱਲ, ਤੁਸੀਂ ਬਿੱਲ ਜਿਹੜੇ ਨੇ ਪਾਰਲੀਮੈਂਟ ਦੇ ਵਿੱਚ ਆਏ ਥੋੜਾ ਬਿੱਲ ਐਂ ਪਾਸ ਕਰਾ ਲੈਣੇ ਨੇ, ਸਿਲੈਕਟ ਕਮੇਟੀ ਹੁੰਦੀ ਆ ਉੱਥੇ ਬਣੀ ਹੋਈ ਇੱਕ ਜੀ, ਉਹ ਸਿਲੈਕਟ ਕਮੇਟੀ 'ਚ ਆਪੋਜੀਸ਼ਨ ਦੇ ਵੀ ਹੁੰਦੇ ਨੇ ਇਹਨਾਂ ਦੇ ਵੀ ਹੁੰਦੇ ਨੇ, ਉਹ ਕਮੇਟੀ 'ਚ ਬਿੱਲ ਜਾਂਦਾ, ਉਹ ਫਿਰ ਉਹਦੀ ਕਦੀ ਕਦੀ ਕਲਾਸ ਨੂੰ ਵਿਚਾਰ ਕਰ ਦਿੰਦੀ ਕਿਤੇ ਬਹੁਤੀ ਗਲਤੀ ਨਾ ਹੋ ਜਾਵੇ। ਲੋਕ ਸਭਾ 'ਚ ਰਾਜ ਸਭਾ ਜਿੰਨੀ ਮਰਜ਼ੀ ਚਰਚਾ ਹੋ ਜਾਏ, ਕਲਾਸ ਵਾਈ ਚਰਚਾ ਹੋਣੀ ਔਖੀ ਹੁੰਦੀ ਜੀ, ਫਿਰ ਜੇ ਹੋ ਵੀ ਜਾਵੇ ਤਾਂ ਉਹਨੂੰ ਕਲਾਸ ਨੂੰ ਬਦਲਣਾ ਔਖਾ ਹੁੰਦਾ ਉਦੋਂ, ਤੇ ਇਸ ਕਰਕੇ ਜਿਹੜੀ ਪਹਿਲਾਂ ਉਹ ਸਿਲੈਕਟ ਕਮੇਟੀ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰ ਹੁੰਦੇ ਨੇ, ਉਹਦੇ ਵਿੱਚ ਪੂਰੀ ਤਰ੍ਹਾਂ ਵਿਚਾਰ ਹੋ ਜਾਂਦਾ, ਉਹਦੇ 'ਚ ਮਾਹਰ ਉਹਨਾਂ ਨੂੰ ਰਾਏ ਵੀ ਦੇ ਦਿੰਦੇ ਨੇ, ਉਹਨਾਂ ਨੂੰ ਬੁਲਾਇਆ ਜਾ ਸਕਦਾ ਹੁੰਦਾ ਜੀ, ਉਹਦੇ ਵਿੱਚ ਵੀ ਨਹੀਂ ਗਏ, ਰਾਜ ਸਭਾ 'ਚ ਆਪਾਂ ਨੂੰ ਪਤਾ ਹੀ ਹੈ ਜਿਵੇਂ ਧੱਕੇ ਨਾਲ ਹੀ ਪਾਸ ਕਰਾ ਲਿਆ, ਸੋ ਬਿੱਲਾਂ ਦੇ ਉੱਤੇ ਇਹ ਤਾਂ ਜਿਹੜੇ ਇਹਨਾਂ ਦੇ ਵਿਰੋਧੀ ਨੇ ਤਾਂ ਕਹਿੰਦੇ ਨੇ, ਜਿਵੇਂ ਜਿਵੇਂ ਜਿਹੜੇ ਇਹ ਵੀ ਕਹਿੰਦੇ ਨੇ ਵੀ ਅਕਾਲੀ ਦਲ ਵਿੱਚ ਸੀਗਾ, ਹਾਲਾਂਕਿ ਉਹਨਾਂ ਦੀ ਪਿੱਠ ਸੁਣਦੀ ਹੈ, ਮੈਂ ਕਹਾਂਗਾ ਅਕਾਲੀ ਦਲ ਨੇ ਪਹਿਲਾਂ ਸਟੈਂਡ ਲਿਆ ਜ਼ਰੂਰ, ਪਰ ਉਹਨਾਂ ਨੇ ਬਿੱਲ ਪਾਸ ਹੋਣ ਤੋਂ ਆਰਡੀਨੈਂਸ ਤੱਕ ਉਹਨਾਂ ਨੇ ਸਟੈਂਡ ਲਿਆ, ਬਿੱਲ ਪਾਸ ਹੋਣ ਵੇਲੇ ਤਾਂ ਉਹਨਾਂ ਨੇ ਇਹਨਾਂ ਨੂੰ ਅਸ਼ੋਰ ਕਰਿਆ ਗਿਆ ਸੀ ਕਿ ਚੰਗਾ ਸੀ ਤੁਹਾਡੇ ਜਿਹੜੇ ਇਹ ਹੈਗੇ ਨੇ ਇਹ ਦੂਰ ਕਰ ਦਾਂਗੇ, ਜੀ ਅਸ਼ੋਰ ਕਰਨ ਦੀ ਈਵਨ ਚਿੱਠੀ ਉਹਨਾਂ ਦਿੱਤੀ ਤੋਮਰ ਸਾਹਿਬ ਨੇ ਇਹਨੂੰ ਸੁਖਬੀਰ ਬਾਦਲ, ਜੀ ਸੁਖਬੀਰ ਬਾਦਲ ਇਹ ਪੇਸ਼ ਵੀ ਕਰਦੇ ਰਹੇ ਨੇ ਜੀ, ਬਿਲਕੁਲ ਪ੍ਰੈਸ ਕਾਨਫਰੰਸ ਕਰਕੇ ਪੇਸ਼ ਕੀਤਾ, ਕਿ ਮੈਂ ਤਾਂ ਇਹ ਕਹਾਂਗਾ ਵੀ ਬਿੱਲਾਂ ਦੇ ਉੱਤੇ ਪੋਜ਼ਿਟਿਵ ਸਟੈਂਡ ਜਿਹੜਾ ਅਕਾਲੀਆਂ ਦਾ, ਅਕਾਲੀਆਂ ਦੇ ਪੱਖ ਜਿਹੜਾ ਮਾੜਾ ਮੋਟਾ ਜਾਂਦਾ ਹੈ, ਅਕਾਲੀਆਂ ਨੇ ਤਾਂ ਵਜ਼ੀਰੀ ਫਿਰ ਵੀ ਛੱਡ ਦਿੱਤੀ, 4 ਸਾਲ ਪਏ ਸੀਗੇ, ਕੇਂਦਰ ਦੀ ਵਜ਼ੀਰੀ ਛੱਡਣਾ ਇੰਨਾ ਸੌਖਾ ਨਹੀਂ, ਕੈਬਨਿਟ ਮੰਤਰੀ ਛੱਡਣਾ ਜੀ ਬਿਲਕੁਲ, ਆ ਚਟਾਲਾ ਤਾਂ ਛੱਡ ਹੀ ਨਹੀਂ ਰਿਹਾ, ਜੇ ਆਪਾਂ ਦੇਖੀਏ ਦੁਸ਼ਯੰਤ ਚਟਾਲਾ ਛੱਡ ਰਿਹਾ, ਹਾਲਾਂਕਿ ਇੱਕ ਸਟੇਟ ਦਾ ਹੈਗਾ, ਸੋ ਇਸ ਕਰਕੇ ਇਹਨੂੰ ਆਪਾਂ ਇਹ ਮੰਨੀਏ ਵੀ ਪੰਜਾਬ 'ਚ ਕਿਸਾਨੀ ਦਾ ਦਬਾਅ ਤਕੜਾ ਹੈ ਜੀ ਕੰਪੇਅਰ ਟੂ ਹਰਿਆਣਾ। ਸਰ ਇੱਕ ਇੱਥੇ ਗੱਲ ਇਹ ਉੱਠਦੀ ਹੈ ਕਿ ਤੁਸੀਂ ਜਿਸ ਤਰੀਕੇ ਨਾਲ ਪਾਰਟੀਆਂ ਬਾਰੇ ਗੱਲ ਕੀਤੀ ਤਾਂ ਆਪਾਂ 2022 ਇਲੈਕਸ਼ਨ ਨੂੰ ਲੈ ਕੇ ਵੀ ਥੋੜੀ ਗੱਲ ਕੀਤੀ ਹੈ, ਤਾਂ ਤੁਹਾਨੂੰ ਅਜਿਹੇ ਦੇ ਵਿੱਚ ਤੁਹਾਡਾ ਜੋ ਤਜਰਬਾ ਹੈ ਉਹ ਕੀ ਕਹਿੰਦਾ ਕਿ 2022 ਦੇ ਵਿੱਚ ਇੱਕ ਮਜ਼ਬੂਤ ਪਾਰਟੀ ਬਣ ਕੇ ਕੌਣ ਆਵੇਗੀ, ਕੀ ਆਪ ਜਾਂ ਕਾਂਗਰਸ ਦੇ ਵਿੱਚੋਂ ਹੀ ਕੋਈ ਆਏਗੀ ਜਾਂ ਫਿਰ ਅਕਾਲੀ ਦਲ ਜਾਂ ਭਾਜਪਾ ਦੇ ਵਿੱਚੋਂ ਦੀ ਵੀ ਕੁਝ ਆ ਸਕਦਾ, ਹਾਲਾਂਕਿ ਭਾਜਪਾ ਦਾ ਤਾਂ ਪੂਰਾ ਵਿਰੋਧ ਹੈ। ਦੇਖੋ ਗੱਲ, ਮੈਂ ਇਸ ਨੂੰ ਇਸ ਤਰ੍ਹਾਂ ਮੈਂ ਮਜ਼ਬੂਤ ਮਜ਼ਬਾਤ ਤਾਂ ਨਹੀਂ ਕਹਾਂਗਾ, ਕਿਉਂਕਿ ਮਜ਼ਬੂਤ ਤਾਂ ਉਹ ਹੁੰਦਾ ਜਿਹੜਾ ਸੂਬੇ ਦੇ ਹੱਕ ਦੀ ਗੱਲ ਕਰੇ ਜੀ, ਸੂਬੇ ਦੇ ਹੱਕ ਦੀ ਗੱਲ ਤਾਂ ਕੋਈ ਕਾਂਗਰਸ ਪਹਿਲੀ ਵਾਰੀ ਥੋੜੋ ਆਈ ਹੈ, ਕਾਂਗਰਸ ਦਾ ਤਾਂ ਇੰਨੀ ਦੇਰ ਪਹਿਲਾਂ ਤਾਂ 66 ਤੱਕ ਤਾਂ ਅਨਚੈਲੇਂਜ ਆ ਰਿਹਾ, 66 ਤੱਕ ਤਾਂ ਕੋਈ ਆਪੋਜੀਸ਼ਨ ਕਦੇ ਆਈ ਹੋਈ ਨਹੀਂ ਜੀ, ਜਦ ਨਵਾਂ ਪੰਜਾਬ ਬਣ ਗਿਆ ਉਦੋਂ ਥੋੜੀ ਦੇਰ ਇਹ ਗਿੱਲ ਸਾਹਿਬ ਦੀ ਸਰਕਾਰ ਤੇ ਸਰਦਾਰ ਗੁਰਨਾਮ ਸਿੰਘ ਦੀ ਸਰਕਾਰ, ਜਸਟਿਸ ਗੁਰਨਾਮ ਸਿੰਘ ਜੀ ਤੇ ਬਾਦਲ ਸਾਹਿਬ ਦੀ ਰਹੀ, ਉਹ ਵੀ 3 ਵਾਰੀ ਟੁੱਟੀ, ਉਹ ਮਤਲਬ 3 ਵਾਰੀ ਸਰਕਾਰਾਂ ਬਣੀਆਂ, ਫਿਰ ਗਿਆਨੀ ਜੀ ਦੀ ਸਰਕਾਰ ਰਹੀ 6 ਸਾਲ 5 ਸਾਲ ਜੀ, ਫਿਰ ਉਸ ਤੋਂ ਬਾਅਦ ਦਰਬਾਰਾ ਸਿੰਘ ਦੀ ਸਰਕਾਰ ਰਹੀ, ਵਿਚਵਟੇ ਵਾਲੀ 3 ਸਾਲ ਜੀ ਰਹੀ, ਫਿਰ ਦਰਬਾਰਾ ਸਿੰਘ ਦੀ ਸਰਕਾਰ ਤੋਂ ਬਾਅਦ ਕੇਂਦਰ ਦਾ ਰਾਜ ਰਿਹਾ, ਉਹ ਕੇਂਦਰ ਦਾ ਜਿਹੜਾ ਪ੍ਰੈਜੀਡੈਂਟ ਰੂਲ ਆ ਉਦੋਂ ਬਹੁਤਾ ਕਾਂਗਰਸ ਹੀ ਸੀਗੀ ਕੇਂਦਰ 'ਚ ਜੀ, ਫਿਰ ਉਸ ਤੋਂ ਬਾਅਦ ਬਰਨਾਲਾ ਸਾਹਿਬ ਦੀ ਸਰਕਾਰ ਆਈ, ਸਿਰਫ ਉਹ ਚੱਲੀ ਹੋਈ 1.5 ਸਾਲ 2 ਸਾਲ ਜੀ, ਫਿਰ ਜਿਹੜੀ ਕਾਂਗਰਸ ਸਾਹਿਬ ਬੇਅੰਤ ਸਿੰਘ ਦੀ ਸਰਕਾਰ ਆਈ 5 ਸਾਲ ਉਹ ਚੱਲੀ ਜੀ, ਇਹ ਬਾਦਲ ਸਾਹਿਬ ਦੀ ਚੱਲੀ, ਫਿਰ ਬੇਅੰਤ ਸਿੰਘ ਦੀ, ਸੋ ਇਸ ਕਰਕੇ ਇਹਨਾਂ ਦੀ ਕੈਪਟਨ ਸਾਹਿਬ ਦੀ, ਸੋ ਇਹਨਾਂ ਨੇ ਕੋਈ ਬਹੁਤਾ ਨਾ ਅਕਾਲੀਆਂ ਨੇ ਨਾ ਕਾਂਗਰਸੀਆਂ ਨੇ ਕੋਈ ਬਹੁਤਾ ਸਟੇਟ ਦਾ ਜਿਹੜਾ ਸਟੇਟ ਦੇ ਹੱਕਾਂ ਦੀ ਗੱਲ ਸੀ ਉਹ ਨਹੀਂ ਕਰੀ ਜੀ, ਇਹ ਮੰਨਣ ਵਾਲੀ ਗੱਲ ਹੈ, ਇਹ ਲੋਕ
ਸਾਡੀ ਪਰ ਕੈਪਟਾ ਇਨਕਮ ਕਹਿੰਦੇ ਹਾਂ ਅਸੀਂ ਇਹਨੂੰ, ਮਤਲਬ ਪ੍ਰਤੀ ਵਿਅਕਤੀ ਆਮਦਨ ਸੀ ਜਿਹੜੀ ਸੂਬੇ ਦੀ, ਉਹ ਸਾਰੇ ਦੇਸ਼ ਦੇ ਵਿੱਚੋਂ ਇੱਕ ਨੰਬਰ ਤੇ ਸੀ ਅਸੀਂ, ਜੀ ਤੇ 2003 ਤੱਕ ਆ ਕੇ ਅਸੀਂ 4 ਨੰਬਰ ਤੇ ਚਲੇ ਗਏ ਜੀ, ਤੇ ਹੁਣ ਅਸੀਂ 16ਵੇਂ ਨੰਬਰ ਤੇ। ਜੀ ਸੋ ਇਹ 16ਵੇਂ ਨੰਬਰ ਤੇ ਕਿੰਨਾ ਨੇ ਲਿਆਂਦਾ? ਇਹਨਾਂ ਨੇ ਲਿਆਂਦਾ ਨਾ। ਸੋ ਇਹਨੂੰ ਤਕੜਾ ਕਹਿਣਾ ਤਾਂ ਮੈਂ ਨਹੀਂ ਮੰਨਦਾ, ਪਰ ਉਂਝ ਵੋਟਾਂ ਦੇ ਲਿਹਾਜ਼ ਨਾਲ ਤੇ ਸੀਟਾਂ ਦੇ ਲਿਹਾਜ਼ ਨਾਲ ਮੇਰੀ ਕੈਲਕੂਲੇਸ਼ਨ ਅਜੇ ਵੀ ਇਹੀ ਕਹਿੰਦੀ ਹੈ ਵੀ ਉਹਦੇ 'ਚ ਕਾਂਗਰਸ ਹੀ ਆਏਗੀ। ਅੰਡਰ ਸੈਂਟਲ ਕੋਈ ਐਸਾ ਕੋਈ, ਕਿਉਂਕਿ ਸਾਡੇ ਕਰਿਸ਼ਮੈਟਿਕ ਲੀਡਰ ਨੂੰ ਬੜਾ ਪਸੰਦ ਕਰਦੇ ਨੇ, ਤੇ ਹਾਲਾਂਕਿ ਨਵਜੋਤ ਸਿੱਧੂ ਕਰਿਸ਼ਮੈਟਿਕ ਲੀਡਰ ਹੈਗਾ ਹੈ, ਪਰ ਉਹਨੂੰ ਕੋਈ ਕਰਿਸ਼ਮਾ ਆਪਦਾ ਇਹ ਕਿਸਾਨੀ ਅੰਦੋਲਨ ਜਾਂ ਹੋਰ ਉਸ ਤਰੀਕੇ ਦਾ ਦਿਖਾਇਆ ਨਹੀਂ, ਚੁੱਪ ਬਹੁਤ ਛੇਤੀ ਕਰ ਦਿੰਦਾ ਹੈ 2-4 ਦਿਨ ਵੜਕ ਮਾਰਨ ਤੋਂ ਬਾਅਦ। ਜੀ ਬੀਜੇਪੀ ਵੀ ਉਹਦੇ ਤੇ ਡੋਰੇ ਪਾ ਰਹੀ ਹੈ, ਆਪ ਵਾਲੇ ਵੀ ਡੋਰੇ ਪਾ ਰਹੇ ਨੇ, ਜੇ ਕਾਂਗਰਸ ਵੀ ਵਿੱਚ ਵਿਚਾਲੇ ਡੋਰੇ ਪਾ ਰਹੀ ਹੈ। ਕਾਂਗਰਸ 'ਚ ਉਹਦੀ ਟੱਕਰੀ ਚੱਲਦੀ ਰਹਿੰਦੀ ਆ, ਹੁਣ ਉਹ ਇਹਦੇ ਭੋਜਨ 'ਚ ਆਇਆ ਹੀ ਨੀ, ਮੁੱਖ ਮੰਤਰੀ ਨੇ ਜਦੋਂ ਲਾਇਆ ਸੀ। ਜੀ ਤੇ ਉਸ ਤੋਂ ਅੱਗੇ ਦੂਜਾ ਵੀ ਜਾਖੜ ਸਾਹਿਬ ਨੇ ਕਹਿਤਾ ਵੀ ਇਹ ਤਾਂ ਅਗਲਾ ਮੁੱਖ ਮੰਤਰੀ ਤਾਂ ਕੈਪਟਨ ਹੀ ਹੋਏਗਾ, ਫਿਰ ਬਾਅਦ ਦੇ ਵਿੱਚ ਬਦਲ ਗਏ ਵੀ ਨਹੀਂ ਨਹੀਂ ਚੋਣਾਂ ਲੜਾਂਗੇ ਅਸੀਂ, ਬਾਅਦ 'ਚ ਡਿਸਾਈਡ ਕਰਾਂਗੇ, ਪਾਰਟੀ ਹਾਈ ਕਮਾਂਡ ਡਿਸਾਈਡ ਕਰੇਗੀ। ਹਾਂ ਸੋ ਇਸ ਕਰਕੇ ਇਹਦੇ ਵਿੱਚ ਅਜੇ ਵੀ ਜਿਹੜਾ ਲੋਕਾਂ ਨੂੰ, ਦੇਖੋ ਲੋਕਾਂ ਨੇ ਤਾਂ ਵੋਟ ਤਾਂ ਪਾਉਣੀ ਹੈ ਨਾ। ਜੀ ਜਿਹੜੀ ਪਹਿਲਾਂ ਆ ਜੇ ਅੰਦੋਲਨ ਤੋਂ ਪਹਿਲਾਂ ਕੀ ਪੋਜੀਸ਼ਨ ਸੀ ਉਹ ਮੈਂ ਥੋੜੀ ਜਿਹੀ ਗੱਲ ਤੋਂ ਆਪਾਂ ਸਮਝੀਏ ਤਾਂ ਫਿਰ ਠੀਕ ਹੋਊਗਾ। ਜੀ ਬਿਲਕੁਲ, ਅੰਦੋਲਨ ਤੋਂ ਪਹਿਲਾਂ ਜਿਹੜੀ ਜਦ ਇੱਥੇ ਇਹਨਾਂ ਅਟਲ ਪਲਾਜ਼ਾ ਤੱਕ ਅੰਦੋਲਨ ਸੀ, ਉਦੋਂ ਤੱਕ ਬੀਜੇਪੀ ਦੀ ਕੈਲਕੂਲੇਸ਼ਨ ਇਹ ਸੀ, ਉਹਨੇ ਟਰਾਈ ਵੀ ਕਰੀ ਕੁਛ ਤੀਜਾ ਬਦਲ ਇੱਥੇ ਬਣਾਉਣਾ, ਸਿੱਖਾਂ ਜਿਹੜਾ ਸਿੱਖਾਂ ਦੇ ਸੈਂਟੀਮੈਂਟ ਨੂੰ ਰਿਪ੍ਰੈਜ਼ੈਂਟ ਕਰਦਾ ਹੋ, ਜੀ ਜਿਹਦੇ 'ਚ ਦੀਪ ਸਿੱਧੂ ਜੇ ਉਹ ਸਾਰਾ ਸ਼ਾਮਿਲ ਸੀਗਾ। ਪਰ ਇਹਨਾਂ ਨੇ ਮੀਟਿੰਗਾਂ ਵੀ ਕਰੀਆਂ ਨੇ, ਡਾਕੂਮੈਂਟਡ ਮਤਲਬ ਇਹਨਾਂ ਦੀਆਂ ਹੈਗੀਆਂ ਨੇ, ਮਤਲਬ ਸਬੂਤ ਹੈਗੇ। ਜੀ ਸੁਖਪਾਲ ਖਹਿਰਾ ਜੀ ਤੇ ਹੋਰ ਕਈ ਕਈ ਨੇਤਾ ਹੈਗੇ ਸੀ, ਉਹ ਤੀਜਾ ਬਦਲ ਵਾਲਾ ਕਿ 30 ਸੀਟਾਂ ਅਸੀਂ ਜਿੱਤ ਲਈਏ, 30 ਜਗ੍ਹਾ ਅਸੀਂ ਹਿੰਦੂਆਂ ਦੀਆਂ ਜਿੱਤ ਲਈਏ ਬੀਜੇਪੀ ਦੇ ਨਾਮ ਦੇ ਸੱਦੇ, ਫਿਰ ਸਰਕਾਰ ਬਣਾ ਲਈਏ, ਕਿਉਂਕਿ ਉਹਨਾਂ ਨੂੰ ਤਾਂ ਕੋਈ ਖਾਲਿਸਤਾਨ ਨਾਲ ਤਾਂ ਕੋਈ ਮਸਲਾ ਨਹੀਂ ਹੋਣਾ ਨਾ ਆਉਣਾ, ਉਹ ਤਾਂ ਮੁਫਤੀ ਨਾਲ ਵੀ ਸਮਝੌਤਾ ਕਰ ਸਕਦੇ ਨੇ ਉਹਨਾਂ ਦਾ ਕੋਈ, ਉਹ ਤਾਂ ਰਾਸ਼ਟਰਵਾਦ ਨੂੰ ਸਿਰਫ ਵਰਤਦੇ ਨੇ ਆਪਦੀ ਤਾਕਤ ਵਾਸਤੇ, ਰਾਸ਼ਟਰਵਾਦ ਨਾਲ ਉਹਨਾਂ ਦਾ ਸਿੱਧਾ ਸੰਬੰਧ ਕੋਈ ਨਹੀਂ ਹੈ ਉਸ ਤਰੀਕੇ ਦਾ। ਸੋ ਉਹ ਉਹਨਾਂ ਦਾ ਏਮ ਸੀ ਉਹ ਫਾਲ ਚਲਾ ਗਿਆ ਹੋਣਾ, ਖਾਸ ਕਰਕੇ ਕਿਸਾਨੀ ਅੰਦੋਲਨ 'ਚ ਜੋ ਕੁਛ ਹੋਇਆ ਦਿੱਲੀ 'ਚ 26 ਜਨਵਰੀ ਨੂੰ, ਉਦੋਂ ਬਾਅਦ ਉਹਨਾਂ ਤੇ ਹੋਰ ਵੀ ਜ਼ਿਆਦਾ ਗਾਜ ਗਈ ਬੀਜੇਪੀ ਦੀਆਂ ਆਸਾਂ ਤੇ। ਤਾਂ ਇਹ ਤਾਂ ਆਪਾਂ ਦੇਖ ਲਈਆਂ ਇਹਨਾਂ ਦੇ, ਅਸ਼ਵਨੀ ਕੁਮਾਰ ਸ਼ਰਮਾ ਜੀ ਨੂੰ ਨੀ ਕੋਈ ਨਿਕਲਣ ਦਿੰਦਾ ਬਾਹਰ, ਬਾਕੀ ਤਾਂ ਗੱਲ ਹੀ ਕੱਢੋ, ਹੈਂਜੀ ਸੋਮ ਪ੍ਰਕਾਸ਼ ਦੀ ਵੀ ਗੱਲ ਇੱਦਾਂ ਦੀ ਗਈ। ਸੋ ਈਵਨ ਸੋਮ ਪ੍ਰਕਾਸ਼ ਹੋਰਾਂ ਨੇ, ਇਹਨਾਂ ਨੇ ਫਿਰ ਅਸ਼ਵਨੀ ਸ਼ਰਮਾ ਜੀ ਨੇ, ਸੋਮ ਪ੍ਰਕਾਸ਼ ਜੀ ਨੇ, ਇਹਨਾਂ ਨੇ ਕੋਸ਼ਿਸ਼, ਕਿਸਾਨ ਭਲਾ ਜੀ ਨੇ ਕੋਸ਼ਿਸ਼ ਕਰੀ ਵੀ ਦਲਿਤ ਪੱਤਾ ਖੇਡੀਏ, ਦਲਿਤਾਂ ਦਾ ਸਕੋਲਰਸ਼ਿਪ ਦਾ। ਮੈਂ ਉੱਥੇ ਜਲੰਧਰ ਦੇ ਵਿੱਚ ਸੀਗਾ, ਉੱਥੇ ਦਲਿਤ ਬੱਚੇ ਇੰਟਰਵਿਊ ਕਰਕੇ ਪੁੱਛ ਰਹੇ ਸੀ ਕਿਤੇ ਜੀ ਕਿਸਾਨੀ ਅੰਦੋਲਨ ਢਾ ਲਾਉਣ ਵਾਲੀ ਤਾਂ ਨੀ, ਤੁਹਾਨੂੰ ਤਾਂ ਪਤਾ ਹੀ ਆ ਤੁਸੀਂ ਆਪ ਹੀ ਰੋਕਿਆ ਇਹਨਾਂ ਨੂੰ, ਤੁਸੀਂ ਸਿਆਣੇ ਹੋ ਬੱਚੇ ਹੋ। ਜੀ ਬਿਲਕੁਲ, ਮੈਂ ਜਿਹੜੀ ਗੱਲ ਕਹਿਣਾ ਵੀ ਉਹ ਮੀਡੀਆ ਦੇ ਵਿੱਚ, ਮਤਲਬ ਮੀਡੀਆ ਵਾਲੇ ਕਰਮੀ ਸੀਗੇ ਉਹ ਦਲਿਤ ਬੱਚੇ ਜਿਹੜੇ ਸੀ, ਉੱਥੇ ਨੂੰ ਮੀਡੀਆ ਵਾਲੇ ਨੇ ਪੁੱਛਿਆ। ਮੈਂ ਇਹ ਕਹਿਣਾ ਵੀ ਹੁਣ ਸਾਡੇ ਸਾਹਮਣੇ ਅਲਟਰਨੇਟਿਵ ਸੀ, ਪਾਰਟੀ ਕੋਈ ਨਵੀਂ ਨਹੀਂ ਹੈ, ਜੇ ਕੋਈ ਕਰਿਸ਼ਮੈਟਿਕ ਲੀਡਰ ਆ ਜਾਊਗਾ ਤੇ ਫਿਰ ਵੱਖਰੀ ਗੱਲ ਹੈ ਜੀ, ਤੇ ਅਦਰਵਾਈਜ਼ ਕਾਂਗਰਸ ਦਾ ਜਿਹੜਾ ਪ੍ਰਭਾਵ ਹੈ ਸਾਰੇ ਪਾਸੇ ਜੋ ਕੁਛ ਹੈਗਾ ਹੈ ਉਹ ਰਿਲੇਟਿਵਲੀ ਬਿਹਤਰ ਹੈ ਇਸ ਅੰਦੋਲਨ, ਕਿਉਂਕਿ ਅੰਦੋਲਨ ਨੂੰ ਕੁੱਟਿਆ ਨੀ ਕਾਂਗਰਸ ਨੇ ਜੀ। ਜੇ ਫਰਜ਼ ਕਰੋ ਪੰਜਾਬ ਦੇ ਵਿੱਚ ਪਹਿਲਾਂ ਹੀ ਅੰਦੋਲਨ ਨੂੰ ਕਾਂਗਰਸ ਕੁੱਟਣ ਤੇ ਆ ਜਾਂਦੀ ਨਾ ਸਰਕਾਰ, ਜੀ ਫਿਰ ਇਹ ਅੰਦੋਲਨ ਐਡਾ ਵੱਡਾ ਨਹੀਂ ਵਧਣਾ ਸੀ, ਕਿਉਂਕਿ ਜਦ ਆਪਾਂ ਕਿਸੇ ਬੂਟੇ ਨੂੰ ਬੀਜਣ ਸਾਰੀ ਮੱਧ ਦਈਏ ਨਾ ਉਦੋਂ ਫਿਰ ਉਹ ਹਰਾ ਨਹੀਂ ਹੁੰਦਾ, ਜੀ ਜਦੋਂ ਪੇੜ ਬਣ ਜੇ ਫਿਰ ਉਹਨੂੰ ਭਾਵੇਂ ਕੋਈ ਕੁੱਟਣ ਦੀ ਵੀ ਕੋਸ਼ਿਸ਼ ਕਰੇ ਕੱਟਣ ਦੀ ਤਾਂ ਵੀ ਨਹੀਂ ਕੱਟਿਆ ਜਾਂਦਾ ਕਈ ਵਾਰੀ ਜੀ। ਹੁਣ ਜਿਹੜਾ ਦਿੱਲੀ ਲਈ ਬੀਜੇਪੀ ਨੇ ਇੰਨਾ ਜ਼ੋਰ ਲਾ ਕੇ ਆਪਦੇ ਗੁੰਡੇ ਭੇਜ ਕੇ ਬੰਦੇ ਭੇਜ ਕੇ ਆਪਦੇ MLA ਭੇਜ ਕੇ ਗੋਲੀ ਮਾਰੋ ਸਾਲੋਂ ਕੋ ਕਹਿ ਕੇ ਵੀ ਉਹ ਇਸ ਅੰਦੋਲਨ ਨੂੰ ਹਿਲਾ ਨਹੀਂ ਸਕਦੇ, ਬਲਕਿ ਤਕੜਾ ਹੋ ਗਿਆ ਉਹ। ਇਸੇ ਕਰਕੇ ਹੋਇਆ ਕਿ ਇਹਨੂੰ ਜਿਹੜਾ ਜਦ ਇਹ ਛੋਟੀ ਜਿਹੀ ਉਮਰ ਚ ਸੀ ਨਾ ਪੰਜਾਬ ਚ ਇਸ ਨੂੰ ਕਾਂਗਰਸ ਨੇ ਕੁਛ ਲਿਆ ਜੀ, ਇਹ ਤਾਂ ਨੀ ਵੀ ਉਹਦੀ ਮਦਦ ਕਰੀ ਹੋਵੇ, ਕੁਛ ਲਿਆ ਨੀ। ਤੇ ਕਿਸਾਨਾਂ ਨੂੰ ਵੀ ਇਹ ਸਾਰਿਆਂ ਨੂੰ ਪਤਾ, ਜਨ ਜਨ ਨੂੰ ਪਤਾ, ਬੱਚੇ ਬੱਚੇ ਨੂੰ ਪਤਾ ਹੈ ਵੀ ਸਾਡੇ ਅੰਦੋਲਨ ਨੂੰ ਇਹਨਾਂ ਨੇ ਕੁਛ ਲਿਆ ਨੀ, ਸਾਡੀ ਮਦਦ ਨਹੀਂ ਕਰੀ, ਉਹ ਗੱਲ ਵੱਖਰੀ ਹੈ। ਦੂਜੀ ਗੱਲ, ਪੰਜਾਬ ਹੀ ਇੱਕ ਐਸੀ ਸਟੇਟ ਆ ਹਾਲਾਂਕਿ ਉਹਦੇ ਚ ਤਿੰਨਾਂ ਪਾਰਟੀਆਂ ਦਾ ਚਾਰਾਂ ਦਾ ਰੋਲ ਹੈ, ਤਿੰਨ ਰਾਦਰ ਇਹ ਅਕਾਲੀ ਦਲ, ਚਾਰ ਹੋ ਗਏ ਕਾਂਗਰਸ, ਅਕਾਲੀ ਦਲ, ਲੋਕ ਇਨਸਾਫ਼ ਪਾਰਟੀ ਤੇ ਆਪ ਵਾਲੇ ਜੀ। ਇਹਨਾਂ ਸਾਰਿਆਂ ਨੇ 115 ਨੇ ਰਲ ਕੇ ਸਭ ਤੋਂ ਪਹਿਲੀ ਪੰਜਾਬ ਸਟੇਟ ਸੀ ਜੀ, ਕਾਂਗਰਸ ਦੀਆਂ ਸਟੇਟਾਂ ਰਾਜਸਥਾਨ ਵੀ ਸੀ, ਉਹਨਾਂ ਨੇ ਨਹੀਂ ਪਾਸ ਕਰਿਆ ਸੀ, ਛੱਤੀਸਗੜ੍ਹ ਵੀ ਕਾਂਗਰਸ ਸੀ ਉਹਨਾਂ ਵੀ ਨਹੀਂ ਪਾਸ ਕਰਿਆ ਸੀ, ਦਿੱਲੀ ਆਪ ਵਾਲਿਆਂ ਦੀ ਸੀ ਉਹਨਾਂ ਨੇ ਵੀ ਨਹੀਂ ਪਾਸ ਕਰਿਆ ਸੀ ਜੀ। ਪੰਜਾਬ ਨੇ ਸਭ ਤੋਂ ਪਹਿਲਾਂ ਇਹਨਾਂ ਬਿੱਲਾਂ ਨੂੰ ਰੱਦ ਕਰਿਆ ਜੀ, ਅਸੈਂਬਲੀ ਸੈਸ਼ਨ ਸਪੈਸ਼ਲ ਬਣਾ ਕੇ। ਦੂਜਾ ਉਹਦੇ ਵਿੱਚ ਵੀ ਜੇ ਰੱਦ ਨਾ ਵੀ ਹੋਣ ਤਾਂ ਫਿਰ ਆਹ ਬਦਲਾਅ ਅਸੀਂ ਕਰਦੇ ਹਾਂ ਜੀ, ਉਹ ਬਦਲਾਅ ਕਰੇ, ਉਹਨਾਂ ਚੋਂ ਇੱਕ ਬਦਲਾਅ ਨੂੰ ਛੱਡ ਕੇ ਸਾਰੇ ਬਦਲਾਅ ਕਰਨਾ ਉਹਨਾਂ ਦਾ ਅਧਿਕਾਰ ਸੀ, ਸੂਬਾ ਸਰਕਾਰ ਕਰ ਸਕਦੀ ਸੀ ਉਹ ਬਦਲਾਅ ਜੀ। ਮੈਂ ਕਾਨਸਟੀਟਿਊਸ਼ਨ ਪੜ੍ਹਦਾ ਰਿਹਾ ਨਾ, ਕਿਉਂਕਿ ਸਾਡਾ ਜਿਹੜਾ ਮੈਡੀਕਲ ਐਜੂਕੇਸ਼ਨ ਦਾ ਵਿਸ਼ਾ ਸੀ ਨਾ, ਸਾਧਵੀਂ ਸੂਚੀ ਦਾ ਵਿਸ਼ਾ ਸੀ,
ਇਸ ਕਰਕੇ ਮੇਰਾ ਕੋਰਟਾਂ ਚੋਂ ਸੁਪਰੀਮ ਕੋਰਟ ਤੱਕ ਵਾ ਪੈਂਦਾ ਸੀ ਇਹਨਾਂ ਮਾਮਲਿਆਂ ਤੇ। ਠੀਕ ਹੈ ਤੇ ਉਹਦੇ ਵਿੱਚ ਇਹ ਹੈ ਵੀ ਇਹਨਾਂ ਨੇ ਉਹ ਪਾਸ ਕਰਿਆ, ਉਹ ਗੱਲ ਵੱਖਰੀ ਹੈ ਵੀ ਇਹ ਗਵਰਨਰ ਸਾਹਿਬ ਨੇ ਭੇਜਿਆ ਨਹੀਂ ਅੱਗੇ। ਸੋ ਇਹਨਾਂ ਗੱਲਾਂ 'ਚ ਇਹਨਾਂ ਦੀ ਪੋਜ਼ਿਟਿਵਿਟੀ ਹੈਗੀ ਹੈ ਜੇ ਤੂੰ ਅੱਖਾਂ ਮੀਚ ਕੇ। ਬਾਕੀ ਕਾਂਗਰਸ ਤੋਂ ਕੋਈ ਉਮੀਦ ਰੱਖਣੀ, ਕਾਂਗਰਸ ਤੋਂ ਇਹ ਉਮੀਦ ਰੱਖਣੀ ਵੀ ਬੜੀ ਵੱਡੀ ਇਹ ਪੋਜ਼ਿਟਿਵ ਗੱਲ ਕਰ ਦੂ ਕੋਈ ਪੰਜਾਬ ਦੀ, ਇਹਨਾਂ ਦੇ ਤਾਂ ਇੰਨੀ ਸੁਸਤੀ ਮਾਰਦੇ ਨੇ। ਹੁਣ ਇਹਨਾਂ ਦਾ ਇੱਕ ਨੌਜਵਾਨ ਲੀਡਰ ਕਹਿ ਰਿਹਾ ਸੀ ਹੰਕਾਰ ਚਾ ਕੇ, ਜਦ ਬੰਦਾ ਹੰਕਾਰੀ ਹੋ ਜਾਊਗਾ ਫੇਰ ਕਿਸਾਨ ਅੰਦੋਲਨ ਚੋਣਾਂ ਲੜੇਗਾ ਫਿਰ ਇਹ ਬਹੁਤ ਗਲਤ ਹੋਏਗਾ। ਉਹਨੂੰ ਪੁੱਛੇ ਵੀ ਤੁਸੀਂ ਕਰੀ ਲੈਣੀ ਆ ਕਿਸਾਨ ਅੰਦੋਲਨ ਚੋਣਾਂ ਲੜਦਾ ਨਹੀਂ ਲੜਦਾ, ਹੂ ਆਰ ਯੂ ਟੂ ਸੇ, ਤੂੰ ਅਪੋਜ ਕਰਨਾ ਕਰਨਾ ਫਿਰ ਜੇ ਇੰਨਾ ਹਿੰਮਤ ਹੈ। ਜੀ ਜਦ ਇਹਨਾਂ ਦੇ ਵਿੱਚ ਵੀ ਨਾ ਬਹੁਤ ਸਾਰੇ ਕਿਉਂਕਿ ਨਵਾਂ ਜਿਹੜਾ ਇਹਨਾਂ ਦਾ ਪੋਜ ਆ ਰਿਹਾ ਹੈ ਉਹ ਕੋਈ ਐ ਨਹੀਂ ਕਰਦਾ ਵੀ ਭਾਈ ਆਪਾਂ ਸਿਆਸਤਦਾਨ ਆ, ਆਪਾਂ ਸਿਆਣਪ ਨਾਲ ਗੱਲ ਕਰੀਏ, ਨਵੇਂ ਨਾਲ ਕਰੀਏ, ਸਮੇਂ ਨਾਲ ਕਰੀਏ। ਜੀ ਬਿਲਕੁਲ ਕਾਂਗਰਸ ਕੋਈ ਐ ਨਹੀਂ ਹੈ ਵੀ ਕਾਂਗਰਸ ਆਪਣੀ ਪਰਫਾਰਮੈਂਸ ਦੇ ਬੇਸ ਤੇ ਜਿੱਤੇਗੀ, ਇਹ ਮੈਂ ਕਹਿੰਦਾ। ਮੈਂ ਇਹ ਨਹੀਂ ਕਹਿੰਦਾ ਵੀ ਕਾਂਗਰਸ ਨੈਗੇਟਿਵ ਵੋਟ ਦੇ ਸਾਰੇ ਜਿੱਤੇ। ਜੀ ਸੋ ਜੀ ਜੀ ਡਾਕਟਰ ਸਾਹਿਬ ਇਹ ਤਾਂ ਚਲੋ ਜੀ ਇਹ ਬਜਟ ਉਹ ਨੈਗੇਟਿਵ ਵੋਟ ਨੂੰ ਮੇਨਟੇਨ ਕਰਨ ਵਾਸਤੇ ਨੈਗੇਟਿਵ ਵੋਟ ਬਣੀ ਰਹੇ ਉਹਨਾਂ ਦੇ ਹੱਕ 'ਚ। ਸੋ ਡਾਕਟਰ ਸਾਹਿਬ ਇਹ ਤਾਂ ਮੈਨੂੰ ਲੱਗਦਾ ਹੁਣ ਆਪਣਾ ਸਮਾਂ ਹੀ ਦੱਸੂਗਾ ਕਿ ਕਿਹੜੀ ਪਾਰਟੀ ਰੂਲ ਕਰਦੀ ਹੈ ਤੇ ਕੀ ਬਜਟ ਦੇ ਵਿੱਚ ਅਸਲ ਨਿਕਲ ਕੀ ਆਉਂਦਾ, ਕੀ ਪਟਾਰੀ ਖੁੱਲਦੀ ਹੈ। ਜੀ 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 ਬਿਲਕੁਲ ਬਹੁਤ 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 ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ, ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ। ਸੋ ਦੋਸਤੋ ਇਹ ਸਨ ਡਾਕਟਰ ਪਿਆਰੇ ਲਾਲ ਗਰਗ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਕਿ ਬਜਟ ਦੇ ਵਿੱਚ ਕੀ ਕੁਛ ਪੇਸ਼ ਹੋ ਸਕਦਾ, ਜਿਨ੍ਹਾਂ ਦਾ ਤੁਸੀਂ ਸੁਣ ਹੀ ਲਿਆ ਉਹਨਾਂ ਨੇ ਕੀ ਕੁਛ ਕਿਹਾ ਕਿ ਆਉਣ ਵਾਲੀ ਪਾਰਟੀ ਵੀ ਕਿਹੜੀ ਹੋ ਸਕਦੀ ਹੈ, ਇਹ ਜਸਟ ਅਨੁਮਾਨ ਨੇ, ਅਸੀਂ ਤਾਂ ਸੋਚ ਸਕਦੇ ਹਾਂ। ਅਸਲ ਬਜਟ ਦੇ ਵਿੱਚ ਕੀ ਹੋਊਗਾ ਇਹ ਤਾਂ 5 ਤਰੀਕ ਨੂੰ ਪਤਾ ਲੱਗੂਗਾ, ਜਦ ਬਜਟ ਖੁੱਲੂਗਾ ਪਿਟਾਰੀ ਖੁੱਲੂਗੀ ਕਿ ਕਿਹਦੇ ਹੱਕ ਦੇ ਵਿੱਚ ਜਾਂਦੀ ਹੈ ਅਤੇ ਕਿਹਦੇ ਵਿਰੋਧ ਦੇ ਵਿੱਚ ਜਾਂਦੀ ਹੈ। ਇਹੋ ਜਿਹੇ ਹੋਰ ਡਿਬੇਟਸ, ਇਹੋ ਜਿਹੇ ਹੋਰ ਵਿਸ਼ੇ ਲੈ ਕੇ ਸਮੇਂ ਸਮੇਂ ਸਿਰ ਤੁਹਾਡੇ ਤੱਕ ਆਉਂਦੇ ਰਹਾਂਗੇ, ਸਾਂਝੇ ਕਰਦੇ ਰਹਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਅਤੇ ਮੇਰੇ ਸਾਥੀ ਨੀਰਜ ਨੂੰ ਦਿਓ ਇਜਾਜ਼ਤ ਅਤੇ ਵੇਖਦੇ ਰਹੋ ਨਿਰਪੱਖ ਪੋਸਟ। ਧੰਨਵਾਦ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ, ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ ਯੂਟਿਊਬ 'ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ 'ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।